ਸੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪੰਜਾਬ ਡਾ 247 ਤੇ ਤੁਹਾਡਾ ਸਵਾਗਤ ਕਰਤਾ ਹਾਂ ਕਰਦਾ ਹਾਂ ਜੀ ਇਸਤਕਬਾਲ ਕਰਦਾ ਹਾਂ ਮੈਂ ਗਗਨਦੀਪ ਸਿੰਘ ਤੁਹਾਡਾ ਆਪਣੇ ਸੈਸ਼ਨ ਦੇ ਵਿੱਚ ਪੰਜਾਬੀ ਦੇ ਸੈਸ਼ਨ ਦੇ ਵਿੱਚ ਇੱਕ ਨਵੇਂ ਸੈਸ਼ਨ ਦੇ ਵਿੱਚ ਸਵਾਗਤ ਕਰਦਾ ਹਾਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਗੱਲ ਕਰਦੇ ਹਾਂ ਪੰਜਾਬੀ ਸਾਹਿਤ ਬਾਰੇ ਪੰਜਾਬੀ ਸੱਭਿਆਚਾਰ ਬਾਰੇ ਤੇ ਤੁਹਾਡੇ ਮਾਸਟਰ ਕੈਡਰ ਦਾ ਜਿਹੜਾ ਐਗਜ਼ਾਮ ਆ ਉਹਦੇ ਬਾਰੇ ਗੱਲ ਕਰਦੇ ਹਾਂ ਠੀਕ ਹੈ ਜੀ ਸੋ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਸ਼ੇਅਰ ਦੇ ਨਾਲ ਦੇ ਨਾਲ ਹੀ ਮੈਂ ਕਹਿੰਨਾ ਕਿ ਜਿੰਨੇ ਵੀ ਤੁਹਾਡੇ ਸਟੂਡੈਂਟਸ ਹੈਗੇ ਨੇ ਸਾਰਿਆਂ ਦੇ ਨਾਲ ਇਸ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ ਠੀਕ ਹੈ ਜੀ ਸੋ ਜਿਹੜੇ ਬੱਚੇ ਨੋਟੀਫਿਕੇਸ਼ਨ ਅਜੇ ਨਹੀਂ ਪਹੁੰਚੀ ਮੈਂ ਇੱਕ ਵਾਰੀ ਇਹਨੂੰ ਗਰੁੱਪ ਚ ਵੀ ਸੈਂਡ ਕਰ ਰਿਹਾ ਪੰਜਾਬ ਅੱਡਾ 247 ਦਾ ਜਿਹੜਾ ਬਣਿਆ ਹੋਇਆ ਹੈ ਉਹਦੇ ਵਿੱਚ ਸ਼ੇਅਰ ਕਰਨ ਜਾ ਰਿਹਾ ਹਾਂ ਸੋ ਜਿਨ੍ਹਾਂ ਨੇ ਬੱਚੇ ਨੇ ਪਿਛਲਾ ਲੈਕਚਰ ਨਹੀਂ ਦੇਖਿਆ ਉਹ ਇੱਕ ਵਾਰੀ ਲੈਕਚਰ ਬੱਚੇ ਪਿਛਲਾ ਦੇਖ ਦੇਖ ਲੈਣ ਕਿਉਂਕਿ ਉਹਦਾ ਉਹਦਾ ਬੈਨੀਫਿਟ ਇਹ ਹੋਗਾ ਕਿ ਤੁਸੀਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਅੱਜ ਦੇ ਆਪਣਾ ਦੇਖੋਗੇ ਅੱਜ ਦੇ ਲੈਕਚਰ ਦੇ ਵਿੱਚ ਤੁਸੀਂ ਨਵੇਂ ਆ ਚੀਜ਼ਾਂ ਦੇ ਨਾਲ ਰੂਬਰੂ ਹੋਵੋਗੇ ਠੀਕ ਹੈ ਜੀ ਬਾਕੀ ਬੱਚਿਓ ਤੁਹਾਨੂੰ ਪੀਡੀਐਫ ਵੀ ਮਿਲਦੀ ਹੈ ਠੀਕ ਹੈ ਜੀ ਸਟੱਡੀ ਮਟੀਰੀਅਲ ਵੀ ਇਹਦੇ ਨਾਲ ਨਾਲ ਅਸੀਂ ਪ੍ਰੋਵਾਈਡ ਕਰਦੇ ਹਾਂ ਪੰਜਾਬ ਵੱਡਾ 247 ਦੇ ਉੱਪਰ ਔਰ ਤੁਹਾਡਾ ਮਾਸਟਰ ਕੇਟਰ ਦੀ ਮੈਂ ਕਹਿੰਨਾ ਕਿ ਮੇਰੇ ਹੁੰਦਿਆ ਚਿੰਤਾ ਕਰਨ ਦੀ ਲੋੜ ਹੀ ਨਹੀਂ ਕੋਈ ਠੀਕ ਹੈ ਜੀ ਪੰਜਾਬ ਵੱਡਾ 247 ਆਪਾਂ ਗੱਲ ਕਰਦੇ ਹਾਂ ਹੈਨਾ ਇਸ ਚੈਨਲ ਦੇ ਉੱਪਰ ਕਿ ਤੁਹਾਨੂੰ ਪੰਜਾਬੀ ਦਾ ਸਾਰਾ ਇੰਨੇ ਵਧੀਆ ਢੰਗ ਨਾਲ ਕਰਵਾ ਰਿਹਾ ਹੈ ਤੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਬਾਕੀ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਯਾਰ ਸ਼ੇਅਰ ਕਰ ਦਿਓ ਸ਼ੇਅਰ ਇਸ ਕਰਕੇ ਕਰਦੋ ਕਿ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਨੂੰ ਪ੍ਰਮੋਟ ਕਰੀਏ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੀਏ ਆ ਮੈਂ ਹੁਣ ਇੱਕ ਵਾਰੀ ਮੈਨੂੰ ਬਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਲੈਂਦਾ ਤਾਂ ਜੋ ਵੱਧ ਤੋਂ ਵੱਧ ਬੱਚੇ ਸਾਡੇ ਨਾਲ ਜੁੜ ਸਕਣ ਠੀਕ ਹੈ ਜੀ ਔਰ ਬਸ ਜੀ ਮੈਂ ਕਰ ਦਿੱਤਾ ਸ਼ੇਅਰ ਨਾਲ ਦੀ ਨਾਲ ਹੀ ਪੰਜਾਬ ਵੱਡਾ ਦੇ ਵਿੱਚ ਲੋ ਜੀ ਸ਼ੇਅਰ ਹੋ ਗਿਆ ਤੇ ਚਲੋ ਅੱਜ ਹੁਣ ਕਲਾਸ ਦੇ ਵਿੱਚ ਬਸ ਠੀਕ ਹੈ ਜੀ ਹੁਣ ਅੱਜ ਨਵਾਂ ਸ਼ੈ ਨਵਾਂ ਸੈਸ਼ਨ ਮੈਂ ਕਹਿੰਨਾ ਕਿ ਆ ਇੱਕ ਨਵਾਂ ਕਨਸੈਪਟ ਹੈ ਸਾਡੇ ਕੋਲ ਪੰਜਾਬੀ ਸੱਭਿਆਚਾਰ ਦਾ ਕਨਸੈਪਟ ਤੁਸੀਂ ਵੀ ਮੇਰੇ ਖਿਆਲ ਨਾਲ ਕਿ ਸਾਰੇ ਐਕਸਾਈਟਿਡ ਹੋਵੋਗੇ ਕਿ ਸਰ ਅੱਜ ਅਸੀਂ ਕੀ ਨਵਾਂ ਪੜਾਂਗੇ ਨਾ ਸੋ ਇਹਦੇ ਆਪਾਂ ਜੇ ਗੱਲ ਕਰੀਏ ਪੰਜਾਬੀ ਸੱਭਿਆਚਾਰ ਬਾਰੇ ਚਲੋ ਜੀ ਕਰਦੇ ਸ਼ੁਰੂ ਕਿਸੇ ਦਾ ਕੋਈ ਕੁਐਸਚਨ ਤੇ ਨਾਲ ਦੀ ਨਾਲ ਮੈਨੂੰ ਪੁੱਛ ਸਕਦਾ ਹੈ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਪਹਿਲਾਂ ਮੈਂ ਮੈਨੂੰ ਹਮੇਸ਼ਾ ਹੁੰਦਾ ਕਿ ਜਿਹੜੇ ਕੱਲ ਦਾ ਅਸੀਂ ਕਰਵਾਇਆ ਸੀਗਾ ਆਪਾਂ ਅਲੰਕਾਰ ਕੀਤੇ ਸੀਗੇ ਅਲੰਕਾਰ ਆਪਣੇ ਕੰਪਲੀਟ ਹੋ ਗਏ ਨਾਲ ਦੀ ਨਾਲ ਆਪਾਂ ਰਸ ਜਿਹੜੇ ਸੀਗੇ ਅੱਜ ਦੇ ਮੈਂ ਅਗਲੇ ਲੈਕਚਰ 'ਚ ਤੁਹਾਨੂੰ ਰਸ ਵੀ ਕਰਵਾਉਣੇ ਨੇ ਠੀਕ ਹੈ ਜੀ ਔਰ ਆਪਾਂ ਛੰਦ ਜਿਹੜੇ ਉਹਨਾਂ ਨੂੰ ਵੀ ਆਪਾਂ ਪ੍ਰੋਪਰ ਵਧੀਆ ਢੰਗ ਨਾਲ ਪੜਨਾ ਹੈ ਅੱਜੇ ਹਨਾ ਸੋ ਅਗਰ ਕਿਸੇ ਦਾ ਕੋਈ ਕੁਐਸਚਨ ਹੈ ਬੱਚੇ ਕੋਈ ਕਿਸੇ ਦੀ ਕੋਈ ਕੁਇਰੀ ਹੈ ਤਾਂ ਮੈਨੂੰ ਪੁੱਛ ਸਕਦਾ ਹੈ ਸਿਰ ਪੰਚਾਇਤ ਸੈਕਟਰੀ ਦੀ ਪੋਸਟ ਆਉਣੀਆਂ ਨੇ ਹਾਂਜੀ ਬੱਚੇ ਪੰਚਾਇਤ ਸੈਕਟਰੀ ਦੀਆਂ ਬਸ ਕੁਝ ਹੀ ਦਿਨਾਂ ਤੱਕ ਬੱਚੇ ਤੁਹਾਡੇ ਕੋਲ ਆ ਜਾਣਗੀਆਂ ਪੋਸਟ ਵਗੈਰਾ ਸਾਰਾ ਕੁਝ ਰੈਡੀ ਹੋ ਜਾਏਗਾ ਸੋ ਨਾਲ ਦੀ ਨਾਲ ਪੰਜਾਬ ਵੱਡਾ ਵੀ ਆਪਣੀਆਂ ਤਿਆਰੀਆਂ ਕਰ ਰਿਹਾ ਤੁਹਾਨੂੰ ਪ੍ਰੋਪਰ ਪੜਾਉਂਦੀਆਂ ਠੀਕ ਹੈ ਜੀ ਸੋ ਇੱਕ ਵਾਰੀ ਬੱਚੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਸਟੂਡੈਂਟ ਨਾਲ ਆਜੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਆ ਲੱਗ ਚ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਨੋਟਸ ਸਾਡੇ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਨੇ ਹਨਾ ਕਰਵਾਏ ਜਾਂਦੇ ਨੇ ਤੁਹਾਨੂੰ ਤੇ ਸੱਭਿਆਚਾਰ ਦੀ ਗੱਲ ਕਰਨ ਜਾ ਰਹੇ ਆ ਤੁਹਾਡੇ ਮੂਹਰੇ ਅਸੀਂ ਔਰ ਸਭ ਤੋਂ ਪਹਿਲਾਂ ਮੈਂ ਕਹਿੰਨਾ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਸੋਰਸ ਵੀ ਰਿਵੀਲ ਕਰ ਦੱਸਦਾ ਹੁਣਾ ਤੁਹਾਨੂੰ ਕਿ ਨਹੀਂ ਆਪਾਂ ਜੀ ਇੱਥੋਂ ਕਰਦੇ ਆ ਹਨਾ ਜੀ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਗਰ ਪੰਜਾਬੀ ਸੱਭਿਆਚਾਰ ਦੀ ਗੱਲ ਕਰਾਂ ਅਗਰ ਕੋਈ ਬੱਚਾ ਇਸ ਨੂੰ ਵਧੀਆ ਢੰਗ ਨਾਲ ਪੜ੍ਹਨਾ ਚਾਹੁੰਦਾ ਹੈ ਤਾਂ ਉਹਨੂੰ ਮੈਂ ਇੱਕ ਇੱਕ ਚੀਜ਼ ਸੁਜੈਸਟ ਕਰਾਂਗਾ ਠੀਕ ਹੈ ਜੀ ਉਹ ਕਿਹੜੀ ਹੈ ਅੱਛਾ ਦਿਖ ਰਿਹਾ ਚੱਜਨਾ ਬਲੈਕ ਯੂਜ਼ ਕਰਨਾ ਪੈਣਾ ਜਣਾ ਆਪਾਂ ਹਾਂਜੀ ਚਲੋ ਜੀ ਅੱਜ ਜੇ ਮੈਂ ਗੱਲ ਕਰਾਂ ਪੰਜਾਬੀ ਸੱਭਿਆਚਾਰ ਦੀ ਮੇਨ ਜੀ ਜਿਹੜੀ ਸਾਡੇ ਕੋਲ ਆਉਂਦੀ ਬੱਚੇ ਇੱਕ ਗੱਲ ਤੁਸੀਂ ਯਾਦ ਰੱਖਿਓ ਗੁਰਬਖਸ਼ ਸਿੰਘ ਫ੍ਰੈਂਕ ਦਾ ਸਭ ਤੋਂ ਮੂਰੇ ਨਾਮ ਆਉਂਦਾ ਹੈ ਗੁਰਬਖਸ਼ ਸਿੰਘ ਅ ਗੁਰਬਖਸ਼ ਸਿੰਘ ਫ੍ਰੈਂਕ ਜੀ ਦਾ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਔਰ ਇਹਨਾਂ ਦੀ ਕਿਤਾਬ ਜਿਹੜੀ ਹੈ ਬਹੁਤ ਹੀ ਫੇਮਸ ਕਿਤਾਬ ਹੈ ਠੀਕ ਹੈ ਜੀ ਕਿਤਾਬ ਦਾ ਨਾਮ ਇੱਕ ਵਾਰੀ ਅਸੀਂ ਦੇਖ ਲਈਏ ਕਿ ਕਿਤਾਬ ਦਾ ਨਾਮ ਕੀ ਹੈ ਕਿਤਾਬ ਦਾ ਨਾਮ ਹੈਗਾ ਹੈ ਸਾਡੇ ਕੋ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਆ ਨਾਮ ਨੋਟ ਜ਼ਰੂਰ ਕਰ ਲਿਓ ਪੰਜਾਬੀ ਸੱਭਿਆਚਾਰ ਠੀਕ ਹੈ ਜੀ ਪਹਿਲੀ ਗੱਲ ਤੇ ਇਹ ਕਦੋਂ ਆਈ ਸੀ ਇਹ ਕਿਤਾਬ 1984 ਦੇ ਦਹਾਕੇ ਦੇ ਵਿੱਚ ਆਈ ਸੀਗੀ ਇਹ ਠੀਕ ਹੈ ਜੀ ਸਭ ਤੋਂ ਮੋਸਟ ਫੇਮਸ ਕਿਤਾਬ ਮੈਂ ਕਹੂੰਗਾ ਅਗਰ ਕਿਸ ਨੇ ਪੰਜਾਬੀ ਸੱਭਿਆਚਾਰ ਪੜ੍ਹਨਾ ਠੀਕ ਹੈ ਜੀ ਦੂਜਾ ਸਾਡੇ ਕੋਲ ਪੰਜਾਬੀ ਸੱਭਿਆਚਾਰ ਦਾ ਥੰਮ ਮੰਨੇ ਜਾਂਦੇ ਮੈਂ ਕਹੂੰਗਾ ਕਿ ਡਾਕਟਰ ਕਰਨੈਲ ਸਿੰਘ ਕਰਨੈਲ ਸਿੰਘ ਥਿੰਦ ਜੀ ਠੀਕ ਹੈ ਜੀ ਉਹਨਾਂ ਦਾ ਨਾਮ ਹੁੰਦਾ ਆਪਣੇ ਕੋਲ ਠੀਕ ਹੈ ਜੀ ਉਹਨਾਂ ਦੇ ਕੀ ਦੇਣ ਆ ਉਹ ਦੇਖਦੇ ਆਪਾਂ ਉਹਨਾਂ ਨੇ ਲੋਕ ਯਾਨ ਅੱਗੇ ਜਾ ਕੇ ਮੈਂ ਤੁਹਾਨੂੰ ਕਨਸੈਪਟ ਵੀ ਕਰਵਾਉਂਗਾ ਕਿ ਲੋਕ ਯਾਨ ਕੀ ਹੁੰਦਾ ਲੋਕ ਤਾਰਾ ਕਿੰਦੀ ਸੱਭਿਆਚਾਰ ਕੀ ਹੁੰਦੀ ਬਸ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਲਓ ਇਹਨਾਂ ਲੋਕ ਯਾਨ ਇਹਨਾਂ ਦੀ ਕਿਤਾਬ ਦਾ ਨਾਮ ਹੈਗਾ ਸੀਗਾ ਲੋਕ ਯਾਨ ਠੀਕ ਹੈ ਜੀ ਅਧਿਨ ਇਹ ਵੀ ਬਹੁਤ ਮਸ਼ਹੂਰ ਕਿਤਾਬ ਹੈ ਇਹਨਾਂ ਦੀ ਲੋਕ ਯਾਨ ਅਧਿਨ ਠੀਕ ਹੈ ਜੀ ਹਾਂ ਜੀ ਜਿੰਨੀ ਦੀ ਪੂਰਾ ਕਰਵਾਉਂਗਾ ਜੀ ਬੱਚੇ ਪੂਰਾ ਕਰਵਾਉਂਗਾ ਮੈਂ ਅੱਗੇ ਹੈਗਾ ਪੰਜਾਬ ਦਾ ਲੋਕ ਵਿਰਸਾ ਪੰਜਾਬ ਦਾ ਲੋਕ ਵਿਰਸਾ ਠੀਕ ਆ ਚੀਜ਼ਾਂ ਨੋਟ ਕਰ ਲਿਓ ਆਪਣਾ ਇੱਕ ਅੱਗੇ ਆ ਗਿਆ ਵਣਜਾਰਾ 베ਦੀ ਠੀਕ ਹੈ ਜੀ ਡਾਕਟਰ ਐਸ ਐਸ ਵਣਜਾਰਾ 베ਦੀ ਸੋਹਣ ਸਿੰਘ ਹੈ ਪੂਰਾ ਨਾ ਸੋਹਿੰਦਰ ਸਿੰਘ ਸੋਰੀ ਸੋਹਿੰਦਰ ਸਿੰਘ ਵਣਜਾਰਾ 베ਦੀ ਜੀ ਸਾਡੇ ਕੋਲ ਨੇ ਇਹਨਾਂ ਦੀ ਸਭ ਤੋਂ ਆਪਣੀ ਕਿਤਾਬ ਇਹਨਾਂ ਦੀ ਤੇ ਬਹੁਤ ਜ਼ਿਆਦਾ ਨੇ ਇੱਕ ਹੈਗਾ ਲੋਕ ਲੋਕ ਆਖਦੇ ਹਨ ਠੀਕ ਹੈ ਜੀ ਲੋਕ ਆਖਦੇ ਹਨ ਪੰਜਾਬ ਦਾ ਲੋਕ ਸਾਹਿਤ ਇਹ ਮਹੱਤਵਪੂਰਨ ਹੈ ਠੀਕ ਹੈ ਜੀ ਅੱਗੇ ਹੋ ਗਿਆ ਆਪਣੇ ਕੋ ਕਰਨੈਲ ਸਿੰਘ ਥਿੰਦ ਹੋ ਗਿਆ ਗੁਰਬਖਸ਼ ਸਿੰਘ ਕਰਨੈਲ ਸਿੰਘ ਥਿੰਦ ਵਨਜਾਰਾ ਬੇਟੀ ਤੇ ਡਾਕਟਰ ਨਾਹਰ ਜੀ ਦਾ ਵੀ ਨਾਮ ਸੁਣਿਆ ਹੋਣਾ ਹੈ ਨਾਹਰ ਸਿੰਘ ਜੀ ਮੈਂ ਬਹੁਤ ਵੜ ਭਾਗ ਗਿਆ ਕਿ ਉਹਨਾਂ ਤੋਂ ਪੜਨ ਦਾ ਮੌਕਾ ਮਿਲਿਆ ਮੈਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਖੇ ਠੀਕ ਹੈ ਜੀ ਲੋਕ ਕਾਵ ਦੀ ਸਰਜਨ ਪ੍ਰਕਰਿਆ ਬਹੁਤ ਫੇਮਸ ਬੁੱਕ ਹੈ ਲੋਕ ਕਾਵ ਦੀ ਸਰਜਨ ਪ੍ਰਕਰਿਆ ਸਰਜਨ ਰ ਕਿਰਿਆ ਠੀਕ ਹੈ ਜੀ ਆ ਹੋ ਗਈ ਥੈਨ ਇੱਕ ਮੇਨ ਜਿਹੜਾ ਸਾਡੇ ਕੋਲ ਆ ਜਾਂਦਾ ਜਿਹਨੂੰ ਅਸੀਂ ਡਾਕਟਰ ਭੁਪਿੰਦਰ ਸਿੰਘ ਖਹਿਰਾ ਜੀ ਨੂੰ ਨਹੀਂ ਭੁੱਲ ਸਕਦੇ ਆਪਾਂ ਨਾ ਡਾਕਟਰ ਭੁਪਿੰਦਰ ਸਿੰਘ ਖਹਿਰਾ ਇਹ ਮੈਂ ਸਾਰੇ ਰਾਈਟਰ ਵੀ ਤੁਹਾਨੂੰ ਕਰਵਾਉਂਗਾ ਨਾਲ ਨਾਲ ਕਿ ਬੁਕਸ ਮੈਂ ਡੇਲੀ ਇਸ ਕਰਕੇ ਕਰਾਉਣਾ ਕਿ ਬੁਕਸ ਤੇ ਯਾਰ ਤੁਹਾਨੂੰ ਪੇਪਰ ਦੇਖੋ ਆਉਣੀ ਹੀ ਆਉਣੀ ਆ ਠੀਕ ਹੈ ਜੀ ਬੁਕਸ ਤੇ ਬਿਨਾ ਕੋਈ ਗੁਜ਼ਾਰਾ ਹੀ ਨਹੀਂ ਹੈ ਬੁਕਸ ਤੇ ਆਪਾਂ ਕਰਨੀਆਂ ਹੀ ਕਰਨੀਆਂ ਡਾਕਟਰ ਭੁਪਿੰਦਰ ਸਿੰਘ ਖਹਿਰਾ ਦੀ ਆਪਾਂ ਗੱਲ ਕਰ ਰਹੇ ਆ ਠੀਕ ਹੈ ਜੀ ਖਹਿਰਾ ਦੀ ਗੱਲ ਕਰ ਰਹੇ ਆਪਾਂ ਡਾਕਟਰ ਭੁਪਿੰਦਰ ਸਿੰਘ ਖਹਿਰਾ ਜੀ ਦੀ ਇਥੇ ਉਹਨਾਂ ਦਾ ਬੁੱਕ ਦਾ ਜ਼ਿਕਰ ਕਰਨਾ ਚਾਹਾਂਗਾ ਲੋਕ ਗਿਆਨ ਜ਼ਰੂਰ ਪੜ ਲਓ ਜੇ ਕਿਸੇ ਤੁਸੀਂ ਆ ਸੱਭਿਆਚਾਰ ਪੜਨਾ ਚਾਹੁੰਦੇ ਹੋ ਨਾ ਇਹਨੂੰ ਬੁੱਕ ਨੂੰ ਨਾ ਛੱਡਿਓ ਜ਼ਰੂਰ ਲੋਕ ਗਿਆਨ ਭਾਸ਼ਾ ਅਤੇ ਸੱਭਿਆਚਾਰ ਆ ਚੀਜ਼ ਹੈ ਬੱਚੇ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗਲ ਪਿਛਲਾ ਸੈਸ਼ਨ ਨਹੀਂ ਕਿਸੇ ਨੇ ਦੇਖਿਆ ਕੱਲ ਮੈਂ ਗੱਲ ਕੀਤੀ ਸੀ ਪੰਜਾਬੀ ਸਾਹਿਤ ਬਾਰੇ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਉਹਦੇ ਵਿੱਚ ਅਸੀਂ ਅਲੰਕਾਰ ਪੜੇ ਸੀਗੇ ਛੰਦ ਰਸ ਇਹ ਚੀਜ਼ਾਂ ਪੜੀਆਂ ਸੀਗੀਆਂ ਤੇ ਹੁਣ ਅਸੀਂ ਨਵੇਂ ਕਨਸੈਪਟ ਪੜਾਂਗੇ ਅੱਜ ਦੇ ਦੇ ਵਿੱਚ ਤੇ ਸੱਭਿਆਚਾਰ ਦਾ ਜੇ ਕਨਸੈਪਟ ਪੜਨਾ ਹੈ ਕਿਸੇ ਨੇ ਤਾਂ ਆਪ ਬੁਕਸ ਮੈਂ ਰეკਮੈਂਡ ਕਰ ਰਿਹਾ ਤੁਹਾਨੂੰ ਠੀਕ ਹੈ ਜੀ ਆਪ ਬੁਕਸ ਨਾਲ ਰابطਾ ਜ਼ਰੂਰ ਕਾਇਮ ਰੱਖਿਓ ਬਾਕੀ ਆਪਾਂ ਤਾਂ ਤੁਹਾਡੇ ਲਈ ਹੈਗੇ ਆ ਹਰ ਟਾਈਮ ਅਵੇਲੇਬਲ ਹਨਾ ਸੋ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦਾ ਹੈ ਆਪ ਬੁਕਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਠੀਕ ਹੈ ਜੀ ਹੁਣ ਗੱਲ ਆਪਾਂ ਕਰਨ ਜਾ ਰਹੇ ਆ ਅੱਜ ਸੱਭਿਆਚਾਰ ਬਾਰੇ ਫੋਕਲੋਰ ਬਾਰੇ ਪਹਿਲੀ ਗੱਲ ਤਾਂ ਠੀਕ ਹੈ ਜੀ ਫੋਕਲੋਰ ਸੱਭਿਆਚਾਰ ਲੋਕ ਜਾਨ ਇਹ ਅਲੱਗ-ਅਲੱਗ ਚੀਜ਼ਾਂ ਨੇ ਤੇ ਆਓ ਪੜ੍ਹਦੇ ਹਾਂ ਕਿ ਇਹਦੇ ਵਿੱਚ ਅਕਸਰ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਜਾਂ ਫਿਰ ਨਾ ਕੀ ਆਪਾਂ ਨਵੀਆਂ ਚੀਜ਼ਾਂ ਇਹਦੇ ਵਿੱਚ ਪੜਾਂਗੇ ਉਹ ਆਪਾਂ ਅੱਜ ਪੜਨ ਜਾ ਰਹੇ ਹਾਂ ਠੀਕ ਹੈ ਜੀ ਚਲੋ ਕਰੀਏ ਆਪਾਂ ਸ਼ੁਰੂ ਅੱਜ ਦਾ ਹੁਣ ਸਭ ਤੋਂ ਪਹਿਲਾਂ ਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਠੀਕ ਹੈ ਜੀ ਸੱਭਿਆਚਾਰ ਸ਼ਬਦ ਦਾ ਅਰਥ ਕੀ ਹੋਊਗਾ ਠੀਕ ਹੈ ਜੀ ਕੋਈ ਦੱਸ ਸਕਦਾ ਮੈਨੂੰ ਸੁਰਿੰਦਰ ਕੁਮਾਰ ਕਮਾਰ ਹਕਮਬੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਅੱਜ ਲੇਟ ਹੋ ਗਏ ਮੈਨੂੰ ਲੱਗਦਾ ਹਨਾ ਹੁਣ ਪੰਜਾਬੀ ਸੱਭਿਆਚਾਰ ਤੋਂ ਭਾਵ ਹੈ ਕਿ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਸ਼ੀਸ਼ជីវਨ ਜਾਂਚ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਜੇ ਸੱਭਿਆਚਾਰ ਦੀ ਗੱਲ ਕਰੀਏ ਠੀਕ ਹੈ ਜੀ ਕਿ ਸੱਭਿਆਚਾਰ ਸભ્યਤਾ ਦੇ ਨਾਲ ਮੇਲਜੋਲ ਖਾਂਦਾ ਜਿਹੜਾ ਲਫ਼ਜ਼ ਹੈ ਸਾਡੇ ਕੋਲ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਠੀਕ ਹੈ ਜੀ ਫਿਰ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਨਾਲ ਦੀ ਨਾਲ ਅਜਿਹੇ ਨਵੇਂ ਕਨਸੈਪਟ ਜਿਹੜੇ ਪ੍ਰੈਕਟੀਕਲ ਅੱਜ ਦਾ ਟੌਪਿਕ ਬੱਚੇ ਜਿਆਦਾ ਪ੍ਰੈਕਟੀਕਲ ਇਸ ਕਰਕੇ ਆ ਕਿਉਂਕਿ ਜਦੋਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਆਪਾਂ ਸੱਭਿਆਚਾਰ ਦੀ ਗੱਲ ਕਰਨੀ ਆ ਨਾ ਲੋਕ ਗੀਤਾਂ ਦੀ ਗੱਲ ਕਰਨੀ ਆ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ-ਦੁਆਲੇ ਹੁੰਦੀਆਂ ਨੇ ਠੀਕ ਹੈ ਜੀ ਠੀਕ ਹੈ ਪਹਿਲੀ ਗੱਲ ਤੇ ਸੱਭਿਆਚਾਰ ਜਿਹੜਾ ਹੈ ਸੱਭਿਆਚਾਰ ਲਫ਼ਜ਼ ਜੇ ਮੈਂ ਗੱਲ ਕਰਾਂ ਸਰ ਗ੍ਰਾਮਰ ਦੀ ਕਲਾਸ ਲਾਉਣੀ ਬੰਦ ਕਰਤੀ ਹਾਂ ਜੀ ਹਾਂ ਜੀ ਹਾਂ ਜੀ ਬੰਦ ਕਰਤੀ ਮੈਂ ਅਜੇ ਕੁਝ ਦਿਨ ਕੁਝ ਦਿਨ ਬੰਦ ਕਰਤੀ ਆ ਸਾਡੇ ਕੋ ਸੱਭਿਆਚਾਰ ਦੀ ਜੇ ਮੈਂ ਗੱਲ ਕਰਾਂ ਤੁਹਾਡੇ ਨਾਲ ਸੱਭਿਆਚਾਰ ਦੀ ਜੇ ਸਬ ਗੱਲ ਕਰੀਏ ਤਾਂ ਸਾਡੇ ਕੋ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਜੀ ਕਲਚਰਾ C U L T U R A ਆ ਯਾਦ ਰੱਖਿਓ ਕਲਚਰਾ ਇਹਦਾ ਮਤਲਬ ਤਰਬੀਅਤ ਆ ਯਾਦ ਰੱਖਿਓ ਠੀਕ ਹੈ ਜੀ ਜਿੰਨੂੰ ਆਪਾਂ ਕਹਿੰਨੇ ਆ ਕਲਟੀਵੇਸ਼ਨ C U L T I ਕਲਟੀਵੇਸ਼ਨ ਵੀ ਆਪਾਂ ਇਹਨੂੰ ਕਹਿੰਨੇ ਹਾਂ ਠੀਕ ਹੈ ਜੀ ਕਲਚਰਾ ਇਹਦਾ ਮਤਲਬ ਕਿ ਮਨੁੱਖ ਦੁਆਰਾ ਸਿਰਜੀ ਜੀਵਨ ਜਾਂਚ ਨੂੰ ਕਹਿੰਦੇ ਹਨ ਮਨੁੱਖ ਦੁਆਰਾ ਸਿਰਜੀ ਜੀਵਨ ਜਾਂਚ ਠੀਕ ਹੈ ਜੀ ਹੁਣ ਆਪਾਂ ਪੜਦੇ ਸੱਭਿਆਚਾਰ ਤੋਂ ਕੀ ਭਾਵ ਹੈ ਕਿ ਮਨੁੱਖ ਦੁਆਰਾ ਸਿਰਜੀ ਜੀਵਨ ਜਾਂਚ ਨੂੰ ਅਸੀਂ ਕੀ ਕਹਿੰਨੇ ਹਾਂ ਅਸੀਂ ਸੱਭਿਆਚਾਰ ਕਹਾਂਗੇ ਠੀਕ ਹੈ ਜੀ ਅਗਰ ਆਪਾਂ ਇਹਨੂੰ ਗਹਿਰਾਈ ਦੇ ਵਿੱਚ ਦੇਖਣਾ ਹੋਏ ਠੀਕ ਹੈ ਜੀ ਤੇ ਗਹਿਰਾਈ ਦੇ ਵਿੱਚ ਆਪਾਂ ਮੇਨਲੀ ਆਪਾਂ ਇਸ ਤਰੀਕੇ ਨਾਲ ਦੇਖਾਂਗੇ ਕਿ ਇੱਕ ਇਲਾਕੇ ਜਾਂ ਫਿਰ ਕਿਸੇ ਵੀ ਆਪਾਂ ਧਰਮ ਦੀ ਗੱਲ ਕਰ ਲਈਏ ਜਾਂ ਫਿਰ ਉਹੀ ਫਿਰ ਆ ਜਾਂਦਾ ਨਾ ਕਿਸੇ ਤਬਕੇ ਦੀ ਗੱਲ ਕਰ ਜੀਏ ਉਹਦੇ ਜਿਹੜਾ ਰਹਿਣ ਸਹਿਣ ਹੋਊਗਾ ਉਹਦੀ ਜਿਹੜੀ ਸੰਸਕ੍ਰਿਤੀ ਹੋਊਗੀ ਉਹਦਾ ਪਹਿਨਣਾ ਉਹਦੇ ਤੱਤ ਹੁੰਦੇ ਨੇ ਅੱਗੇ ਸੱਭਿਆਚਾਰ ਦੇ ਆਪਾਂ ਸਟੱਡੀ ਕਰਾਂਗੇ ਅੱਗੇ ਜਾ ਕੇ ਭਾਵ ਕਿ ਉਹਦੇ ਵਿੱਚ ਸਮਾਜ ਵਿੱਚ ਸੋਚਣਾ ਉਹਨਾਂ ਦੇ ਵਿਚਰਨਾ ਭਾਵ ਰਹਿਣਾ ਸਹਿਣਾ ਇੱਕ ਦੂਜੇ ਨਾਲ ਡਾਇਲੋਗ ਕਰਨੇ ਠੀਕ ਹੈ ਜੀ ਉਹਨਾਂ ਦਾ ਪਹਿਰਾਵਾ ਆ ਗਿਆ ਉਹਨਾਂ ਦਾ ਆਪਣਾ ਵਤੀਰਾ ਕਿਵੇਂ ਦਾ ਇਹ ਸਾਰਾ ਇੱਕ ਸੱਭਿਆਚਾਰ ਬਣਾਉਂਦਾ ਹੈ ਇੱਕ ਵਰਤਾਰਾ ਹੈ ਜਿਹੜਾ ਪ੍ਰੋਪਰ ਮਿਲ ਕੇ ਸੱਭਿਆਚਾਰ ਬਣਾਉਂਦਾ ਹੈ ਜਿਹਨੂੰ ਆਸਾਨ ਸ਼ਬਦਾਂ ਦੇ ਵਿੱਚ ਕਹਿੰਦੇ ਹਾਂ ਕਿ ਮਨੁੱਖ ਦੁਆਰਾ ਸਿਰਜੀ ਜੀਵਨ ਜਾਂਚ ਠੀਕ ਹੈ ਜੀ ਉਹ ਹੋ ਗਿਆ ਸੱਭਿਆਚਾਰ ਭਾਵੇਂ ਉਹ ਪੰਜਾਬੀ ਹੋਏ ਜਿਹੜਾ ਮਰਜੀ ਸੱਭਿਆਚਾਰ ਹੋਏ ਨਾ ਸੱਭਿਆਚਾਰ ਹਰ ਇੱਕ ਜੋ ਜਿਹੜਾ ਵੀ ਆਪਾਂ ਆਪਾਂ ਗੱਲ ਕਰੀਏ ਜੇ ਵੈਸਟਰਨ ਕਲਚਰ ਦੀ ਗੱਲ ਕਰੀਏ ਕਲਚਰ ਸ਼ਬਦ ਆ ਜਾਂਦਾ ਤਾਂ ਸੱਭਿਆਚਾਰ ਦਾ ਮਤਲਬ ਕਿ ਮਨੁੱਖ ਦੁਆਰਾ ਸਿਰਜੀ ਗਈ ਜੀਵਨ ਜਾਨ ਸਿਰਫ ਇੰਨਾ ਗੱਲ ਤੁਸੀਂ ਯਾਦ ਰੱਖਣਾ ਬੱਚਿਓ ਠੀਕ ਹੈ ਜੀ ਕਿ ਮਨੁੱਖ ਦੁਆਰਾ ਜਿਹੜੀ ਹੈ ਸਿਰਜੀ ਗਈ ਜੀਵਨ ਜਾਨ ਠੀਕ ਹੈ ਹੁਣ ਲਾਤੀਨੀ ਲਫਜ਼ ਜੀ ਕਲਚਰਾ ਤਰਬੀਅਤ ਕਲਟੀਵੇਸ਼ਨ ਇਹਦੇ ਵਿੱਚ ਹੋਰ ਜਦੋਂ ਆਪਾਂ ਡਾਕਟਰ ਭਪਿੰਦਰ ਸਿੰਘ ਖਹਿਰਾ ਦੀ ਕਿਤਾਬ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਐਗਜ਼ਾਮਪਲ ਦਿੱਤੀ ਗਈ ਹੈ ਐਗਰੀਕਲਚਰ ਦੀ ਹਨਾ ਤੇ ਪੰਜਾਬੀ ਸੱਭਿਆਚਾਰ ਤੋਂ ਭਾਵ ਹੈ ਕਿ ਪੰਜਾਬੀ ਲੋਕ ਸਮੂਹਵਾਰਾ ਲੋਕ ਸਮੂਹ ਦਾ ਮਤਲਬ ਕਿ ਜਿਹਦੇ ਵਿੱਚ ਸਾਡੇ ਲੋਕ ਇਕੱਠ ਦੇ ਰੂਪ ਵਿੱਚ ਆਪਾਂ ਗੱਲ ਕਰਾਂਗੇ ਇਹ ਇੰਡੀਵਿਜੂਅਲੀ ਬਤਾਰਾ ਨਹੀਂ ਆ ਕਿਸੇ ਇੱਕ ਦੇ ਨਾਲ ਸੱਭਿਆਚਾਰ ਫਾਰਮ ਨਹੀਂ ਹੁੰਦਾ ਜਦੋਂ ਜਿਆਦਾ ਜਣੇ ਸਮੂਹ ਆ ਜਾਂਦਾ ਹੈ ਸਾਡੇ ਕੋ ਉਹਨਾਂ ਦੁਆਰਾ ਜਿਹੜੀ ਇੱਕ ਵਿਸ਼ੇਸ਼ ਜੀਵਨ ਜਾਨ ਸਿੱਤੀ ਜਾਂਦੀ ਹੈ ਉਹਨਾਂ ਲੋਕਾਂ ਦਾ ਰਹਿਣ ਸਹਿਣ ਕਿਤੇ ਰਸਮ ਰਿਵਾਜ ਠੀਕ ਹੈ ਜੀ ਰਿਸ਼ਤੇ ਨਾਤੇ ਪਹਿਰਾਵਾ ਵਿਸ਼ਵਾਸ ਕੀਮਤਾ ਮਨੋਰੰਜਨ ਇਹ ਸਾਰਾ ਕੁਝ ਭਾਸ਼ਾ ਹੋਗੀ ਲੋਕ ਸਾਹਿਤ ਹੋ ਗਿਆ ਇਹ ਸਾਰਾ ਕੀ ਬਣਾਉਂਦਾ ਹੈ ਇਹ ਪੰਜਾਬ ਸੱਭਿਆਚਾਰ ਦਾ ਜਨਮ ਕਰਦਾ ਹੈ ਪੰਜਾਬੀ ਦਾ ਪੈਸਿਸ ਕਰਕੇ ਲਾਤਾ ਕਿ ਇੱਕ ਪਾਰਟिकुलर ਏਰੀਆ ਦੀ ਹੋਗੀ ਨਾ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਅੰਗਰੇਜ਼ੀ ਸੱਭਿਆਚਾਰ ਹੋ ਗਿਆ ਪਾਕਿਸਤਾਨੀ ਸੱਭਿਆਚਾਰ ਹੋ ਗਿਆ ਸੋ ਉਹ ਅਲੱਗ-ਅਲੱਗ ਲਾਕੀ ਨੂੰ ਡਿਫਾਈਨ ਕਰੇਗਾ ਠੀਕ ਹੈ ਜੀ ਬਾਕੀ ਸੱਭਿਆਚਾਰ ਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਆਪਾਂ ਸੱਭਿਆਚਾਰ ਜਿਹੜਾ ਹੈ ਇਹ ਸੱਭਿਆਚਾਰ ਨੂੰ ਆਪਾਂ ਇਸ ਤਰ੍ਹਾਂ ਡਿਫਾਈਨ ਵੀ ਸੌਖੇ ਢੰਗ ਦੇ ਨਾਲ ਕਰ ਸਕਦੇ ਹਾਂ ਤੇ ਵੇਖੋ ਤੁਸੀਂ ਮੋਗਲੀ ਵਾਲੀ ਐਗਜ਼ਾਮਪਲ ਤਾਂ ਸੁਣੀ ਹੋਵੇਗੀ ਕਿ ਉਹ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ ਤੇ ਆਪਣਾ ਕਮਿਊਨੀਕੇਟ ਕਰ ਸਕਦਾ ਸੀਗਾ ਜਿਹੜੇ ਉੱਥੋਂ ਦੇ ਜਾਨਵਰ ਸੀਗੇ ਨਾ ਤੇ ਉਹਦੇ ਜਿਵੇਂ ਆਪਾਂ ਕਬੀਲੇਈ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਰਹਿਣ ਸੈਨਾ ਥੋੜਾ ਜਿਹਾ ਅਲੱਗ ਹੁੰਦਾ ਉਹ ਵੀ ਇੱਕ ਕਲਚਰ ਹੈ ਉਹਨਾਂ ਦਾ ਕਲਚਰ ਮਤਲਬ ਰਹਿਣ ਦਾ ਢੰਗ ਉਹਨਾਂ ਦੀ ਇੱਕ ਅਲੱਗ ਜੀਵਨ ਜਾਂਚ ਹੈ ਫਿਰ ਇਹਦੇ ਨਾਲ ਬੱਚੇ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਉਹ ਮੈਂ ਅੱਗੇ ਜਾ ਕੇ ਵੀ ਤੁਹਾਨੂੰ ਕਰਵਾਉਂਗਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੇ ਕੁਐਸਚਨ ਦੇ ਤੁਹਾਨੂੰ ਆ ਸਕਦਾ ਹੈ ਸੱਭਿਆਚਾਰ ਦੀ ਡੈਫੀਨੇਸ਼ਨ ਠੀਕ ਹੈ ਡੈਫੀਨੇਸ਼ਨ ਤੁਹਾਨੂੰ ਬਹੁਤ ਜ਼ਿਆਦਾ ਵਾਰੀ ਪੁੱਛੀ ਜਾਊਗੀ ਇਹਦੇ ਬਾਰੇ ਸੋ ਡੈਫੀਨੇਸ਼ਨ ਦੋ ਤਿੰਨ ਤਾਂ ਮੈਂ ਤੁਹਾਨੂੰ ਕਰਵਾਉਂਗਾ ਤੁਸੀਂ ਨਾਲ ਦੀ ਨਾਲ ਇੱਕ ਵਾਰੀ ਕਿਤਾਬਾਂ ਜਿਹੜੀਆਂ ਮੈਂ ਤੁਹਾਨੂੰ ਰეკਮੈਂਡ ਕੀਤੀਆਂ ਇਹਨਾਂ ਨੂੰ ਜ਼ਰੂਰ ਪੜ੍ਹੋ ਠੀਕ ਹੈ ਜੀ ਹਾਂ ਪਹਿਲਾ ਜਿਹੜਾ ਮੈਂ ਚਾਹਤ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੱਭਿਆਚਾਰ ਦੇ ਅੰਗਾਂ ਬਾਰੇ ਗੱਲ ਕਰੀਏ ਸੱਭਿਆਚਾਰ ਕਲੀਅਰ ਹੈ ਜੀ ਸੱਭਿਆਚਾਰ ਦੇ ਅੰਗ ਅੰਗਾਂ ਬਾਰੇ ਮੈਂ ਤੁਹਾਨੂੰ ਦੱਸਾਂ ਤਾਂ ਸਭ ਤੋਂ ਜ਼ਿਆਦਾ ਅੰਗ ਦਾ ਮਤਲਬ ਕਿ ਜਿੰਨਾ ਤੋਂ ਇਹ ਬਣਿਆ ਹੈ ਜਿੰਨਾ ਤੋਂ ਫਾਰਮ ਹੋਇਆ ਹੈ ਇਹਦੇ ਵਿੱਚ ਡਾਕਟਰ ਭਪਿੰਦਰ ਸਿੰਘ ਖੈਰਾ ਮੰਨਦੇ ਹਨ ਠੀਕ ਹੈ ਅ ਬੀਐਸ ਖਹਿਰਾ ਲਿਖਣ ਲੱਗਾ ਬੀਐਸ ਖਹਿਰਾ ਪਵਿੰਦਰ ਸਿੰਘ ਖਹਿਰਾ ਕਹਿੰਦੇ ਕਿ ਪੰਜ ਅੰਗ ਹੁੰਦੇ ਨੇ ਕਿਹੜੇ ਕਿਹੜੇ ਪੰਜ ਅੰਗ ਹੁੰਦੇ ਨੇ ਪਹਿਲਾ ਸਾਡੇ ਕੋ ਆ ਜਾਂਦਾ ਹੈ ਉਹਨਾਂ ਦਾ ਪਦਾਰਥਕ ਪਦਾਰਥਕ ਠੀਕ ਹੈ ਜੀ ਦੂਜਾ ਸਾਡੇ ਕੋ ਆ ਜਾਂਦਾ ਹੈ ਅ ਪ੍ਰਤੀਮਾਨਕ ਨਹੀਂ ਪਦਾਰਥਕ ਸਮਾਜਿਕ ਸਮਾਜਿਕ ਪਦਾਰਥਕ ਹੋ ਗਿਆ ਸਾਡੇ ਕੋ ਸਮਾਜਿਕ ਹੋ ਗਿਆ ਸਾਡੇ ਕੋ ਠੀਕ ਹੈ ਜੀ ਸੰਚਾਰਤ 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 ਠੀਕ ਹੈ ਜੀ ਪਦਾਰਥ ਸਮਾਜਿਕ ਸੰਚਾਰਤ ਹੋ ਗਿਆ ਸਾਡੇ ਕੋਲ ਤੇ ਧਾਰਮਿਕ ਤੇ ਰਾਜਨੀਤੀ ਧਾਰਮਿਕ ਤੇ ਰਾਜਨੀਤਿਕ ਆ ਚੀਜ਼ਾਂ ਸਾਡੇ ਕੋਲ ਆ ਗਈ ਆ ਪੰਜ ਆੰਗ ਨੇ ਇਹ ਮਿਲ ਕੇ ਇੱਕ ਸਭਿਆਚਾਰ ਦਾ ਜਨਮ ਜੇ ਇੰਨਾ ਕਰਕੇ ਸੱਭਿਆਚਾਰ ਦਾ ਜਨਮ ਹੁੰਦਾ ਠੀਕ ਹੈ ਜੀ ਅੱਛਾ ਟੂ ਟੂ ਕੀ ਹੋਈ ਜਾਂਦਾ ਪ੍ਰਿੰਕਾ ਵਰਮਨ ਜੀ ਬੱਚੇ ਇਹ ਨਾ ਮੇਰਾ ਪੈਨ ਟੈਬ ਚ ਥੋੜੀ ਪ੍ਰੋਬਲਮ ਆ ਗਈ ਉਹ ਉਸ ਉਤੇ ਕਰਕੇ ਇਹ ਆਵਾਜ਼ ਆ ਰਹੀ ਹੈ ਬਾਕੀ ਐਡੀ ਕੋਈ ਵੱਡੀ ਇਸ਼ੂ ਤਾਂ ਐਡਾ ਵੱਡਾ ਕੋਈ ਇਸ਼ੂ ਤਾਂ ਹੈ ਨਹੀਂ ਇੱਕ ਵਾਰੀ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ ਬੱਚੇ ਲਾਈਕ ਕਰ ਦਿਓ ਤੁਹਾਡਾ ਆਪਣਾ ਪੰਜਾਬੀ ਸੱਭਿਆਚਾਰ ਦਾ ਇਹਨਾਂ ਵਧੀਆ ਸੈਸ਼ਨ ਚੱਲ ਰਿਹਾ ਹੈ ਇਹਨੂੰ ਤੁਸੀਂ ਮੈਂ ਕਹਿੰਦਾ ਕਿ ਵਧੀਆ ਢੰਗ ਨਾਲ ਦੇਖੋ ਔਰ ਕੁਐਸਚਨ ਬੱਚੇ ਇਹਦੇ ਚੋਂ ਆਉਣੇ ਲਾਜ਼ਮੀ ਨੇ ਇਹਦੇ ਚੋਂ ਕੁਐਸਚਨ ਬਹੁਤ ਆਉਂਦੇ ਹੁੰਦੇ ਜੀ ਅ ਇਹਦੇ ਚੋਂ ਆਹ ਨੋਟ ਡਾਉਨ ਕਰ ਲਿਓ ਮਾਸਟਰ ਕੈਡਰ ਦੇ ਵਿੱਚ ਇਹਦੇ ਚੋਂ ਕੁਐਸਚਨ ਆਉਂਦੇ ਹੁੰਦੇ ਤੇ ਸੱਭਿਆਚਾਰ ਦੇ ਡੈਫੀਨੇਸ਼ਨ ਪਤਾ ਲੱਗ ਗਈ ਆਪਾਂ ਨੂੰ ਇਹ ਸਾਰਾ ਕੁਝ ਪਤਾ ਲੱਗ ਗਿਆ ਇਹਦੇ ਵਿੱਚੋਂ ਕੁਐਸਚਨ ਆਉਣੇ ਲਾਜ਼ਮੀ ਨੇ ਤੇ ਇਹ ਇਸ ਨੂੰ ਤੁਸੀਂ ਮੈਂ ਕਹਿੰਦਾ ਕਿ ਚੰਗੀ ਤਰ੍ਹਾਂ ਸਮਝ ਲਓ ਇੱਕ ਵਾਰੀ ਠੀਕ ਹੈ ਜੀ ਹੁਣ ਕਲੀਅਰ ਹੈ ਇਨਾਂ ਕ ਹੁਣ ਭਈ ਸੱਭਿਆਚਾਰ ਦਾ ਪੰਜਾਬੀ ਸ਼ਬਦ ਅਰਥ ਆਪਾਂ ਸਾਰਿਆਂ ਨੂੰ ਪਤਾ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਆ ਕਿ ਪੰਜਾਬੀ ਸ਼ਬਦ ਦਾ ਅਰਥ ਉਹ ਵਿਅਕਤੀ ਹੋ ਸਕਦਾ ਹੈ ਜੋ ਪੰਜਾਬ ਵਿੱਚ ਰਹਿੰਦਾ ਹੈ ਪਹਿਲੀ ਗੱਲ ਤੇ ਅਤੇ ਪੰਜਾਬੀ ਭਾਸ਼ਾ ਬੋਲਣ ਵਾਲਾ ਹੋਵੇ ਇਹ ਨਾਮ ਫਾਰਸੀ ਉਹੀ ਪੰਜਾਬੀ ਪੰਜ ਆਬ ਪੰਜ ਪਲੱਸ ਆਬ ਤੋਂ ਬਣਿਆ ਹੈ ਪੰਜਾਬੀ ਸਾਨੂੰ ਸਾਰਿਆਂ ਨੂੰ ਪਤਾ ਇਹਦੇ ਉੱਤੇ ਜਿਆਦਾ ਮੈਂ ਕਹਿਣਾ ਕਿ ਸਿਰਖ ਪਾਉਣ ਦੀ ਲੋੜ ਨਹੀਂ ਆਪਾਂ ਨੂੰ ਹਾਂ ਕਲੀਅਰ ਹੈ ਜੀ ਇਹ ਤਾਂ ਆ ਪੰਜ ਦਾ ਮਤਲਬ ਹੁੰਦਾ 5 ਆਪ ਦਾ ਮਤਲਬ ਹੁੰਦਾ ਪਾਣੀ ਤੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆਲ ਹੋਗੀ ਇੱਥੇ ਤੇ ਸਿੰਧ ਨਦੀ ਇਸ ਪੰਜ ਦਰਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਨਦੀ ਹੈ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਆਪਣੀ ਪੰਜਾਬ ਹਿਸਟਰੀ ਪੜ੍ਹੀ ਹੈ ਉਹਨਾਂ ਨੂੰ ਇਹਦੇ ਬਾਰੇ ਪਤਾ ਹੋਊਗਾ ਠੀਕ ਹੈ ਜੀ ਸਾਰੀਆਂ ਨਦੀਆਂ ਹਿਮਾਲਿਆ ਤੋਂ ਸ਼ੁਰੂ ਹੁੰਦੀਆਂ ਨੇ ਇਹ ਹੋਰ ਪੰਜ ਦਰਿਆ ਜੇਹਲਮ ਨਦੀ ਚਨਾਬ ਨਦੀ ਰਾਵੀ ਬਿਆਸ ਸਤ루ਜ ਦਰਿਆ ਹਨ ਇਹਦਾ ਐਡੀਸ਼ਨਲ ਇਨਫੋਰਮੇਸ਼ਨ ਹੋ ਗਈ ਨਾ ਬਾਕੀ ਮੇਨ ਪੰਜਾਬੀ ਦਾ ਕਨਸੈਪਟ ਐ ਸੱਚ ਇੰਨਾ ਜ਼ਿਆਦਾ ਨਹੀਂ ਹੈ ਅੱਗੇ ਪੰਜਾਬੀ ਸੱਭਿਆਚਾਰ ਕੀ ਹੈ ਹੁਣ what is the punjabi culture ਜਦੋਂ ਸਾਡੇ ਮੂਰੇ ਆਹ ਕੁਐਸਚਨ ਆ ਜਾਂਦਾ ਹੈ ਕਿ ਪੰਜਾਬੀ ਕਲਚਰ ਹੈ ਕੀ ਆ ਤੇ ਆਪਾਂ ਮੈਂ ਤੁਹਾਨੂੰ ਇੱਕ ਗੱਲ ਕਿਹਾ ਸੀਗਾ ਐਸਐਸਟੀ ਦੀ ਵੀ ਕਿਰਨ ਜੀ ਆਜੂਗੀ ਕੋਈ ਚੱਕਰ ਨਹੀਂ ਪਹਿਲਾਂ ਪੰਜਾਬੀ ਵਾਲਾ ਆਪਾਂ ਥੋੜਾ ਜਿਹਾ ਹੋ ਜੀਏ ਅਗਰ ਤੁਹਾਡਾ ਰਿਸਪੌਂਸ ਜ਼ਿਆਦਾ ਆਏਗਾ ਨਾ ਤਾਂ ਆਪਾਂ ਜ਼ਰੂਰ ਇਹਦੇ ਗਰੀ ਹੁਣ ਦੇਖੋ ਪੰਜਾਬੀ ਦਾ ਰਿਸਪੌਂਸ ਕਿੰਨਾ ਘੱਟ ਆ ਨਾ ਤੁਸੀਂ ਅਗਰ ਤੁਹਾਡੇ ਸਟੂਡੈਂਟਸ ਆਉਂਦੇ ਨੇ ਡੇਲੀ ਵਧੀਆ ਲਾਈਵ ਕਲਾਸ ਲਗਾਉਂਦੇ ਆ ਤਾਂ ਤਾਂ ਹੀ ਤੁਹਾਨੂੰ ਪੰਜਾਬ ਵੱਡਾ ਆਫਰ ਕਰੇਗਾ ਨਾ ਸੋ ਇਹ ਚੀਜ਼ਾਂ ਥੋੜੀਆਂ ਜਿਹਾ ਦੇਖਣਯੋਗ ਹੁੰਦੀਆਂ ਬੱਚੇ ਸੋ ਪੰਜਾਬੀ ਸੱਭਿਆਚਾਰ ਜਿਹੜਾ ਹੈ ਲੋ ਸਮੂਹ ਦੁਆਰਾ ਬਣਾਇਆ ਗਿਆ ਜੀਵਨ ਜਾਂਚ ਮੈਂ ਪਹਿਲੇ ਤੁਹਾਨੂੰ ਕਹਿਤਾ ਕਿ ਜਿੱਥੇ ਇਕੱਲਾ ਕੁਛ ਬੰਦਾ ਸੱਭਿਆਚਾਰ ਕ੍ਰੀਏਟ ਨਹੀਂ ਕਰ ਸਕਦਾ ਇਕੱਲਾ ਬੰਦੇ ਨੂੰ ਕਮਰੇ ਵਿੱਚ ਬੰਦ ਕਰ ਦੋ ਕੀ ਕਰ ਲੂਗਾ ਉਹ ਹਨਾ ਇੱਥੇ ਗੱਲ ਜਦੋਂ ਸੱਭਿਆਚਾਰ ਦੀ ਗੱਲ ਆਉਣੀ ਬੱਚੇ ਇੱਕ ਵਰਡ ਯਾਦ ਰੱਖਣਾ ਸਮੂਹੂ ਠੀਕ ਹੈ ਜੀ ਇਹਨੂੰ ਨਹੀਂ ਭੁੱਲਣਾ ਸਮੂਹੂ ਜਿਹੜਾ ਸਮੂਹੂ ਸਮੂਹਿਕ ਵਰਤਾਰਾ ਹੈ ਸੱਭਿਆਚਾਰ ਦਾ ਮੁੱਖ ਟੀਚਾ ਮਨ ਸਰੀਰ ਅਤੇ ਆਤਮਾ ਦੀ ਸਦ ਭਾਵਨਾ ਪੈਦਾ ਕਰਦੇ ਹੋਏ ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਇਹ ਗੱਲ ਨੋਟ ਕਰ ਲਓ ਤੁਸੀਂ ਚਾਹੇ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਨਾਲ ਦੀ ਨਾਲ ਠੀਕ ਹੈ ਜੀ ਬਾਕੀ ਕਹਿੰਦੇ ਆ ਕਿ ਉਸ ਸਮੇਂ ਮਨੁੱਖ ਦੀ ਵਿਅਕਤੀ ਘਵਣਾ ਦਾ ਪਾਲਣ ਪੋਸ਼ਣ ਕਰਨਾ ਹੈ ਠੀਕ ਹੈ ਜੀ ਹੁਣ ਮੈਂ ਪੰਜ ਤੁਹਾਨੂੰ ਅੰਗ ਦੱਸ ਦਿੱਤੇ ਕਿ ਦੇ ਅਕੋਰਡਿੰਗ ਭੁਪਿੰਦਰ ਸਿੰਘ ਖਹਿਰਾ ਜੀ ਦੇ ਅਕੋਰਡਿੰਗ ਕੀ ਆ ਕਿ ਜਿਹੜਾ ਸੱਭਿਆਚਾਰ ਆ ਉਹਦੇ ਪੰਜ ਅੰਗ ਨੇ ਕਿੰਨੇ ਅੰਗ ਨੇ ਪੰਜ ਅੰਗ ਨਹੀਂ ਜ਼ਰੂਰੀ ਨਹੀਂ ਕਿ ਭੁਪਿੰਦਰ ਸਿੰਘ ਖਹਿਰਾ ਨੇ ਪੰਜ ਕਹੇ ਤੇ ਕਿਸੇ ਹੋਰ ਨੇ ਕਹੇ ਨਹੀਂ ਸੋ ਹਰ ਇੱਕ ਰਾਈਟਰ ਦਾ ਜਿਹੜਾ ਅਲੱਗ-ਅਲੱਗ ਮੈਂ ਕਹਿੰਨਾ ਕਿ ਮੰਨਣਾ ਹੈ ਹੁਣ ਜੇ ਆਪਾਂ ਗੁਰਬਖਸ਼ ਸਿੰਘ ਫ੍ਰੈਂਕ ਦੀ ਗੱਲ ਕਰੀਏ ਤਾਂ ਉਹ ਤਿੰਨ ਉਹ ਤਿੰਨ ਚੀਜ਼ਾਂ ਕਹਿੰਦੇ ਨੇ ਸਿਰਫ ਠੀਕ ਹੈ ਜੀ ਗੁਰਬਖਸ਼ ਸਿੰਘ ਫ੍ਰੈਂਕ ਦਾ ਵੀ ਬਹੁਤ ਵੱਡਾ ਨਾਮ ਹੈ ਇਹਦੇ ਉੱਪਰ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਨਾਮ ਹੈ ਉਹਨਾਂ ਦਾ ਵੀ ਸੋ ਉਹ ਉਹਨਾਂ ਦੀ ਵੀ ਸਟੱਡੀ ਮੈਂ ਕਹਿੰਨਾ ਕਿ ਕਾਬਿਲ-ਏ-ਤਾਰੀਫ ਹੈ ਉਹਨਾਂ ਨੂੰ ਵੀ ਆਪਾਂ ਅਣਗੌਲਿਆ ਨਹੀਂ ਕਰ ਸਕਦੇ ਸੋ ਨਾਲ ਦੀ ਨਾਲ ਬੱਚੇ ਸੈਸ਼ਨ ਨੂੰ ਸ਼ੇਅਰ ਵੀ ਕਰੀ ਜਾਓ ਤਾਂ ਜੋ ਸਾਨੂੰ ਵੀ ਹੋਏ ਕਿ ਤੁਸੀਂ ਸਾਨੂੰ ਬੰਦਾ ਮਾਣ ਬਖਸ਼ ਰਹੇ ਹੋ ਠੀਕ ਹੈ ਜੀ ਹੋਰ ਕਿਸੇ ਦਾ ਹੁਣ ਤੱਕ ਕਿਸੇ ਦਾ ਕੋਈ ਸਵਾਲ ਤਾਂ ਮੈਨੂੰ ਪੁੱਛ ਸਕਦਾ ਹੈ ਹੁਣ ਤੱਕ ਕਿਸੇ ਦਾ ਕੋਈ ਸਵਾਲ ਹੈ ਤਾਂ ਮੈਨੂੰ ਨਾਲ ਦੀ ਨਾਲ ਪੁੱਛ ਸਕਦਾ ਹੈ ਚਲੋ ਜੀ ਅ ਕਿੱਥੇ ਸੀਗੇ ਆਪਾਂ ਹਾਂ ਆਪਾਂ ਜੀ ਗੱਲ ਕਰੀਏ ਪੰਜਾਬੀ ਸੱਭਿਆਚਾਰ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਸਾਹਿਤ ਤੇ ਰਸੋਈ ਵਿਗਿਆਨ ਟੈਕਨੋਲੋਜੀ ਮਤਲਬ ਹਰ ਇੱਕ ਚੀਜ਼ ਜਿਹੜੀ ਹੈ ਸਾਡੇ ਇਹਦੇ ਵਿੱਚ ਇਨਕਲੂਡ ਹੋਊਗੀ ਸੱਭਿਆਚਾਰ ਦੇ ਵਿੱਚ ਠੀਕ ਹੈ ਜੀ ਕੋਈ ਵੀ ਅੰਗ ਜਿਹੜਾ ਹੈ ਆਪਾਂ ਇਹਨੂੰ ਅਣਗੌਲਿਆ ਨਹੀਂ ਕਰ ਸਕਦੇ ਸੱਭਿਆਚਾਰ ਦੇ ਉੱਪਰ ਠੀਕ ਹੈ ਜੀ ਸੱਭਿਆਚਾਰ ਦੇ ਵਿੱਚ ਸਾਡੀਆਂ ਲਿਖਤਾਂ ਵੀ ਆ ਜਾਣਗੀਆਂ ਸਾਡਾ ਮੌਖਿਕ ਸਾਹਿਤ ਵੀ ਆ ਜਾਊਗਾ ਤੇ ਲਿਖਿਤ ਸਾਹਿਤ ਵੀ ਵਿੱਚ ਇਨਕਲੂਡ ਹੁੰਦਾ ਹੈ ਠੀਕ ਹੈ ਜੀ ਦੋ ਤਿੰਨ ਮੌਖਿਕ ਸਾਹਿਤ ਮੈਂ ਤੁਹਾਨੂੰ ਕਹਿਣਾ ਹੁੰਦਾ ਸੀ ਕਿ ਜਿਹੜਾ ਸਾਡੇ ਕਲਚਰ ਦੀਆਂ ਚੀਜ਼ਾਂ ਨੇ ਉਹ ਬਦਲਾਅ ਹੁੰਦਾ ਕਲਚਰ ਹਮੇਸ਼ਾ ਗਤੀਸ਼ੀਲ ਹੈ ਮਤਲਬ ਸੱਭਿਆਚਾਰ ਗਤੀਸ਼ੀਲ ਵਰਤਾਰਾ ਹੈ ਭਾਵ ਕੇ ਸਮੇਂ ਦੇ ਨਾਲ-ਨਾਲ ਇਹਦਾ ਬਦਲਣਾ ਜਿਹੜਾ ਇੱਕ ਇਹਦਾ ਰੂਪ ਹੈ ਬਦਲਣਾ ਠੀਕ ਹੈ ਜੀ ਹੁਣ ਦੇਖੋ ਆਪਾਂ ਜੇ ਗੱਲ ਕਰੀਏ ਪੁਰਾਣੇ ਸਮੇਂ ਦੀ ਜਿਵੇਂ ਗੱਲ ਕਰਾਂ ਤੁਹਾਡੇ ਨਾਲ ਛੋਟੀ ਦੇ ਆਪਾਂ ਐਗਜ਼ਾਮਪਲ ਲੈ ਲੈਂਦੇ ਕਿ ਵਿਆਹ ਦੀ ਜਿਹੜੀ ਰਸਮ ਸੀਗੀ ਕਿੰਨੀਆਂ ਵਿਆਹ ਦੀਆਂ ਰਸਮਾਂ ਹੁੰਦੀਆਂ ਸੀ ਤੇ ਅਜੋਕੇ ਸਮੇਂ ਦੇ ਵਿੱਚ ਕਿੰਨਾ ਐਡ-ਆਨ ਹੋ ਗਿਆ ਤੇ ਕਿੰਨਾ ਇਹਦੇ ਵਿੱਚੋਂ ਬਾਹਰ ਚੱਲ ਗਿਆ ਗਤੀਸ਼ੀਲ ਮਤਲਬ ਕਿ ਕੋਈ ਚੀਜ਼ ਟਾਈਮ ਟੂ ਟਾਈਮ ਬਦਲਦੀ ਜਾਂਦੀ ਹੈ ਇਹਦੇ ਵਿੱਚੋਂ ਠੀਕ ਹੈ ਜੀ ਕੋਈ ਵੀ ਮੈਂ ਕਹਿੰਨਾ ਕਿ ਇਹ ਸਟੈਟਿਕ ਇਦਾਂ ਖੜਕੇ ਨਹੀਂ ਰਹਿਣ ਵਾਲੀ ਪਹਿਲੀ ਗੱਲ ਤੇ ਇਹ ਗੱਲ ਆਪਣੀ ਜ਼ਿਹਨ 'ਚ ਰੱਖਿਓ ਕਿ ਸੱਭਿਆਚਾਰ ਸੱਭਿਆਚਾਰ ਮਤਲਬ ਕਿ ਮਨੁੱਖੀ ਵਰਤਾਰਾ ਹੈ ਜਿੱਥੇ ਗੱਲ ਹੁੰਦੀ ਹੈ ਸਮੂਹੂ ਦੀ ਜੀਵਨ ਜਾਂਚ ਦੀ ਗੱਲ ਹੁੰਦੀ ਹੈ ਉਹਨੂੰ ਆਪਾਂ ਸੱਭਿਆਚਾਰ ਕਹਿੰਦੇ ਹਾਂ ਇੰਨੀ ਗੱਲ ਬੱਚੇ ਦੋ ਲਫ਼ਜ਼ ਯਾਦ ਰੱਖ ਲਓ ਤੁਹਾਡਾ ਇਹ ਕਨਸੈਪਟ ਕਲੀਅਰ ਹੋ ਜਾਊਗਾ ਹੁਣ ਜਦੋਂ ਮੇਰੇ ਸਾਹਮਣੇ ਆਉਂਦਾ ਹੈ ਇਤਿਹਾਸਿਕ ਪਸ਼ੋਕੜ ਪੰਜਾਬੀ ਸੱਭਿਆਚਾਰ ਦਾ ਕੀ ਹੋਊਗਾ ਇਹਨੂੰ ਆਪਾਂ ਇੱਕ ਵਾਰੀ ਧਿਆਨ ਦੇ ਨਾਲ ਪੜ੍ਹਦੇ ਹਾਂ ਕਿ ਐਕਚੁਅਲ 'ਚ ਜਿਹੜਾ ਸੱਭਿਆਚਾਰ ਹੈ ਇਹਦਾ ਇਤਿਹਾਸ ਕਿੱਥੋਂ ਬਣ ਕੇ ਆਉਂਦਾ ਹੈ ਜਾਂ ਫਿਰ ਸੱਭਿਆਚਾਰ ਜਿਹੜਾ ਲਫ਼ਜ਼ ਹੈ ਲਫ਼ਜ਼ ਤੇ ਚਲੋ ਮੈਂ ਦੱਸਦਾ ਤੁਹਾਨੂੰ ਲਾਤੀਨੀ ਭਾਸ਼ਾ ਕਲਚਰਾ ਤੋਂ ਆਇਆ ਸੀਗਾ ਹਨਾ ਹੁਣ ਜੇ ਮੈਂ ਨਾਮ ਕਰਨ ਦੀ ਜਿਵੇਂ ਗੱਲ ਕਰਾਂ ਜਾਂ ਫਿਰ ਆਪਾਂ ਯੁੱਗਾਂ ਦੇ ਅਕੋਰਡਿੰਗ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਕਨਸੈਪਟ ਆ ਸੱਭਿਆਚਾਰ ਦਾ ਜਦੋਂ ਆਪਾਂ ਹੜੱਪਾ ਸਭਿਅਤਾ ਦੀ ਗੱਲ ਕਰਦੇ ਹਾਂ ਸਾਡੇ ਕੋ ਮੋਹਨਜੋਦੜੋ ਸਭਿਅਤਾ ਆਉਂਦੀ ਆ ਤਾਂ ਉਦੋਂ ਹੀ ਸਾਨੂੰ ਦੇਖਣ ਚ ਮਿਲਦਾ ਹੈ ਜਿਹੜੇ ਪ੍ਰਾਣੀਆਂ ਵਿਸ਼ੇਸ਼ ਨੇ ਉਹ ਵੀ ਆਪਣੇ ਆਪ ਸਾਨੂੰ ਦੱਸਦੇ ਹਨ ਕਿ ਜਿਹੜਾ ਆ ਪੁਰਾਣਾ ਸਾਡਾ ਵਿਰਸਾ ਸੀ ਇਹਦੇ ਵਿੱਚ ਵੀ ਸਾਡੇ ਕੋ ਇੱਕ ਸਮਾਜਿਕ ਵਰਤਾਰਾ ਸਾਨੂੰ ਮਿਲਦਾ ਹੈ ਇਹਨਾਂ ਲਿਖਤਾਂ ਦੇ ਵਿੱਚ ਜਾਂ ਫਿਰ ਉੱਥੋਂ ਦੇ ਜਿਹੜੇ ਸੋਰਸ ਸਾਨੂੰ ਅੱਜ ਤੱਕ ਮਿਲੇ ਨੇ ਉਹਦੇ ਵਿੱਚ ਇਹ ਗੱਲ ਦੇਖਣ ਨੂੰ ਮਿਲਦੀ ਹੈ ਸਮਝਣ ਨੂੰ ਮਿਲਦੀ ਹੈ ਸਾਨੂੰ ਕਿ ਜਿਹੜਾ ਉਹ ਸਭਿਆਚਾਰ ਸੀ ਲੋਕਾਂ ਦਾ ਸੁਮੇਲ ਸੀ ਉਸ ਟਾਈਮ ਜੇ ਆਪਾਂ ਹੜੱਪਿਆ ਤੇ ਮੋਹਨਜੋਦੜੋ ਆਪਣੇ ਕੋ ਆ ਗਿਆ ਇੰਡਸ ਵੈਲੀ ਸਿਵਿਲੇਜੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਉਹਨਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਇੱਕ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੁਣ ਮੁਗਲਸ ਆਏ ਆਪਣੇ ਕੋਲ ਹਨਾ ਆਪਾਂ ਜੇ ਮੈਂ ਗੱਲ ਕਰਾਂ ਤੇ ਸਾਡੇ ਕੋਲ ਮੁਗਲ ਆ ਜਾਂਦੇ ਨੇ 712 ਦੇ ਵਿੱਚ ਮੁਹੰਮਦ ਬਿਨ ਕਾਸਮ ਦੇ ਦੁਆਰਾ ਹਨਾ ਉਹ ਆਪਣੇ ਆਗੇ ਹੁਣ ਮੁਸਲਮਨ ਕਲਚਰ ਇੱਕ ਅਲੱਗ ਤਰ੍ਹਾਂ ਦਾ ਕਲਚਰ ਮਤਲਬ ਰਹਿਣ ਸਹਿਣ ਅਲੱਗ ਤਰ੍ਹਾਂ ਦਾ ਹੈ ਠੀਕ ਹੈ ਜੀ ਪੰਜਾਬ ਦੀ ਆਪਾਂ ਗੱਲ ਕਰੀ ਜੇ ਮੈਂ ਪੰਜਾਬੀ ਸਾਹਿਤ ਦੀ ਗੱਲ ਕਰਾਂ ਨਾ ਪੰਜਾਬੀ ਸਾਹਿਤ ਆਪਾਂ ਮੰਨਦੇ ਹਾਂ ਜੀ ਕਿੱਥੋਂ ਮੰਨਦੇ ਆ 7ਵੀਂ 8ਵੀਂ ਸਦੀ ਦੇ ਕਦੋਂ 나ਥ ਜੋਗੀਆਂ ਦੇ ਅਕੋਰਡਿੰਗ ਆਪਾਂ ਮੰਨਦੇ ਆ ਵੀ ਆਪਾਂ ਇੰਨੀ ਦੂਰ ਜਾਣਾ ਹੀ ਨਹੀਂ ਵੈਸੇ ਸਦੀ 나ਥਾਂ ਜੋਗੀਆਂ ਤੋਂ ਆਪਾਂ ਆਪਣਾ ਸਾਹਿਤ ਮੰਨਦੇ ਆ ਠੀਕ ਹੈ ਜੀ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਪੰਜਾਬੀ ਸਾਹਿਤ ਦੀ ਪੰਜਾਬੀ ਸੱਭਿਆਚਾਰ ਦੀ ਸੌਰੀ ਗੱਲ ਕਰੀਏ ਜੋਗੀਆਂ ਦੀ ਜੇ ਗੱਲ ਕਰਾਂ ਨਾਲ ਦੀਆਂ ਪੰਜਾਬੀ ਸੱਭਿਆਚਾਰ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਇੱਕ ਚੀਜ਼ ਮਿਲ ਦੇਖਣ ਨੂੰ ਮਿਲਦੀ ਆ ਆਪਾਂ ਨੂੰ ਉਹ ਕਿਹੜੀ ਮਿਲਦੀ ਹੈ ਮੈਨੂੰ ਕਿ 712 ਈਸਵੀ ਦੀ ਜੇ ਮੈਂ ਗੱਲ ਕਰਾਂ ਕਿਸਦਾ ਕੋਈ ਕੁਐਸਚਨ ਹੈ ਮੈਨੂੰ ਨਾਲ ਦੀ ਨਾਲ ਪੁੱਛ ਸਕਦਾ ਹੈ 712 ਈਸਵੀ ਦੇ ਵਿੱਚ ਸਾਡੇ ਕੋਲ ਕੀ ਆਉਂਦਾ ਹੈ ਮੁਹੰਮਦ ਬਿਨ ਕਾਸਮ ਦਾ ਹਮਲਾ ਹੁੰਦਾ ਹੈ ਮੁਹੰਮਦ ਮੁਹੰਮਦ ਬਿਨ ਕਾਸਮ ਠੀਕ ਹੈ ਜੀ ਕਿ ਮੁਹੰਮਦ ਬਿਨ ਕਾਸਿਮ ਆ ਗਿਆ ਔਰ ਜਿਨ੍ਹਾਂ ਦੇ ਹਮਲੇ ਦੇ ਨਾਲ ਜਿਹੜਾ ਹੈ ਕਿ ਇਸਲਾਮਿਕ ਕਲਚਰ ਸਾਡੇ ਕੋ ਆ ਜਾਂਦਾ ਮੁਸਲਿਮ ਜਾਂ ਇਸਲਾਮ ਦੀ ਜੇ ਮੈਂ ਗੱਲ ਕਰਾਂ ਇਸਲਾਮ ਜਿਹੜਾ ਹੈ ਪਰਵੇਸ਼ ਕਰਦਾ ਹੈ ਸਾਡੇ ਨਾਰਥਰਨ ਇੰਡੀਆ ਦੇ ਵਿੱਚ ਠੀਕ ਹੈ ਜੀ ਫਿਰ ਉਹਨਾਂ ਦੀਆਂ ਉਹਨਾਂ ਦੇ ਹੌਲੀ-ਹੌਲੀ ਮੈਂ ਕਹਿੰਨਾ ਕਿ ਮੁਗਲ ਸਾਮਰਾਜ ਜਿਹੜਾ ਹੈ ਇੰਨਾ ਕ ਜਿਆਦਾ ਪਰਫੁੱਲਿਤ ਹੁੰਦਾ ਹੈ ਇੰਨਾ ਕ ਜਿਆਦਾ ਵਾਧਾ ਫੁੱਲਦਾ ਹੈ ਪੰਜਾਬ ਦੇ ਵਿੱਚ ਕਿ ਉਹਦਾ ਇਫੈਕਟ ਤੁਸੀਂ ਇਥੋਂ ਦੇ ਕਲਚਰ ਤੇ ਦੇਖ ਸਕਦੇ ਹੋ ਗੁੰਬਦ ਜਿਹੜੇ ਆਪਣਾ ਇਹਨਾਂ ਦਾ ਆਰਚੀਟੈਕਚਰ ਆ ਉਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਮਾਰਤ ਕਲਾ ਤੇ ਦੇਖ ਸਕਦੇ ਹੋ ਜਿਹੜਾ ਸਾਡੇ ਕੋਲ ਫਾਈਨ ਆਰਟਸ ਹੈਗਾ ਉਹਦੇ ਚ ਦੇਖ ਸਕਦੇ ਹੋ 뮤ਜ਼ਿਕ ਚ ਦੇਖ ਸਕਦੇ ਹੋ ਹਰ ਇੱਕ ਚੀਜ਼ ਦੇਖ ਸਕਦੇ ਹੋ ਨਾ ਸੋ ਮੱਧ ਕਾਲ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਆਉਂਦੇ ਆ ਸਾਡੇ ਕੋਲ ਤੇ ਉਹ ਉਹਨਾਂ ਦਾ ਉਸ ਟਾਈਮ ਦੇ ਵਿੱਚ ਚੀਜ਼ਾਂ ਜਦੋਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਜਦੋਂ ਗੁਰੂ ਸਾਹਿਬ ਆ ਨਾਏ ਉਹਨਾਂ ਨੇ ਆਪਾਂ ਨੂੰ ਉਪਦੇਸ਼ ਦੇ ਦਿੱਤੇ ਕੀਰਤ ਕਰੋ ਹਨਾ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਆ ਦੋ ਚੀਜ਼ਾਂ ਸਾਡੇ ਕੋ ਆ ਗਈਆਂ ਤਿੰਨ ਚੀਜ਼ਾਂ ਆ ਗਈਆਂ ਤਾਂ ਇਹਨੇ ਜਿਹੜਾ ਕਲਚਰ ਹੈ ਉਹਨੂੰ ਇੱਕਦਮ ਜਿਹੜਾ ਚੇਂਜ ਕੀਤਾ ਭਾਵੇਂ ਮੇਰਾ ਕਹਿੰਦਾ ਮਤਲਬ ਕਿ ਜਦੋਂ ਸਭ ਤੋਂ ਪਹਿਲਾਂ ਸਾਡੇ ਕੋ ਨਾਸ ਜੋ ਆਪਣਾ ਗੁਰਮਤ ਸਾਹਿਤ ਆ ਜਾਂਦਾ ਹੈ ਇਹਨਾਂ ਸਾਹਿਤਾਂ ਨੇ ਕੀ ਕੀਤਾ ਟਾਈਮ ਟੂ ਟਾਈਮ ਚੇਂਜ ਕੀਤਾ ਪੰਜਾਬੀ ਸੱਭਿਆਚਾਰ ਦੀ ਸ਼ੁਰੂਆਤ ਆਪਾਂ ਜੇ ਗੱਲ ਕਰੀਏ ਤਾਂ ਉਹ ਤਾਂ ਆਪਾਂ ਜੇ ਪੰਜਾਬੀ ਦੀ ਗੱਲ ਕਰਨੀ ਹੈ ਤੇ ਸੱਭਿਆਚਾਰ ਕਰੀਏ ਤਾਂ ਫਿਰ ਤਾਂ ਬਹੁਤ ਦੂਰ ਆਪਾਂ ਚੱਲ ਜਾਾਂਗੇ ਨਾ ਸੋ ਮੇਨ ਮੇਨ ਆਪਾਂ ਇਹੀ ਗੱਲ ਕਰਨਾ ਕਿ ਪੰਜਾਬੀ ਸੱਭਿਆਚਾਰ ਦੇ ਉੱਤੇ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਪਾਇਆ ਹੈ ਉਹ ਇਸਲਾਮ ਨੇ ਪਾਇਆ ਹੈ ਤੇ ਇਸਲਾਮ ਦਾ ਪਰਵੇਸ਼ ਕਦੋਂ ਮੰਨਿਆ ਜਾਂਦਾ ਹੈ 712 ਈਸਵੀ ਮੁਹੰਮਦ ਬਿਨ ਕਾਸਮ ਨੇ ਜਦੋਂ ਮੁਸਲਮ ਤੇ ਇਸਲਾਮ ਜਿਹੜਾ ਹੈ ਸਾਡੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਦੋਂ ਇਹਦੇ ਵਿੱਚ ਜਿਹੜਾ ਖਾਣਾ ਹੋ ਗਿਆ ਪਹਿਰਾਵਾ ਹੋ ਗਿਆ ਇਹ ਚੇਂਜ ਹੋ ਗਿਆ ਫਿਰ ਉਸ ਤੋਂ ਬਾਅਦ ਵੱਖਰੇ ਵੱਖਰੇ ਤਰਾਵਾਂ ਸਾਡੇ ਕੋਲ ਆ ਜਾਂਦੀਆਂ ਨੇ ਜਿਹਦੇ ਵਿੱਚ ਜਾਤ ਪਾਤ ਆ ਜਾਂਦਾ ਹੈ ਊਚ ਨੀਚ ਆ ਜਾਂਦੀ ਹੈ ਇਹ ਵੀ ਇੱਕ ਪਾਰਟ ਨੇ ਸਾਡੇ ਕਲਚਰ ਦਾ ਠੀਕ ਹੈ ਜੀ ਇਹਨੂੰ ਵੀ ਸਮਝਣਾ ਜ਼ਰੂਰੀ ਹੈ ਸਸ਼ੀਕਾਲ ਸਭਿਤ ਕੋ ਅ ਜੀ ਸਸ਼ੀਕਾਲ ਸਾਰਿਆਂ ਨੂੰ ਪਿਆਰਪਰ ਸਸ਼ੀਕਾਲ ਸੋ ਆਪਾਂ ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਸ਼ੋਕਰ ਦੀ ਗੱਲ ਕਰੀਏ ਤਾਂ ਤਾਂ ਹੀ ਮੈਂ ਕਹਿਣਾ ਕਿ ਜਦੋਂ ਅੰਗਰੇਜ਼ ਆਉਂਦੇ ਨੇ ਤੇ ਅੰਗਰੇਜ਼ ਕਿੰਨਾ ਕੁ ਸਾਡੇ ਲਈ ਛੱਡ ਗਏ ਨਾ ਅੰਗਰੇਜ਼ ਆਪਣੀ ਸਭ ਤੋਂ ਵੱਡੀ ਤਾਂ ਅੰਗਰੇਜ਼ੀ ਸਾਡੇ ਲਈ ਛੱਡ ਗਏ ਠੀਕ ਹੈ ਨਾਲ ਦੀ ਨਾਲ ਉਹ ਅਜਹੀਆਂ ਚੀਜ਼ਾਂ ਸਾਡੇ ਛੱਡ ਕੇ ਜਿਣੀਆਂ ਕਿ ਉਹਨਾਂ ਦੇ ਕਲਚਰ ਦਾ ਪਾਰਟ ਸੀ ਅੱਗ ਆਪਾਂ ਵੈਸਟਰਨ ਕਹਿੰਦੇ ਆ ਕਿ ਯਾਰ ਅਸੀਂ ਵੈਸਟਰਨ ਹੋ ਗਏ ਆ ਸਾਡੇ 'ਚ ਜਿਹੜੀਆਂ ਰਿਸ਼ਤੇ ਰਿਸ਼ਤੇਦਾਰੀ ਪਰੰਪਰਾ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਹਨਾ ਆਪਾਂ ਵੱਡੀ ਫੈਮਿਲੀ ਦੇ ਵਿੱਚ ਰਹਿਣਾ ਨਹੀਂ ਪਸੰਦ ਕਰਦੇ ਆਪਾਂ ਪ੍ਰਾਈਵੇਸੀ ਨੂੰ ਤਵੱਜੋ ਦਿੰਨੇ ਆ ਤਾਂ ਉਹ ਕੀ ਚੀਜ਼ਾਂ ਨੇ ਉਹ ਸੱਭਿਆਚਾਰ ਦੇ ਵਿੱਚ ਉਹ ਬਦਲ ਰਹੀਆਂ ਨੇ ਠੀਕ ਹੈ ਹੁਣ ਅੱਜ 2021 ਦੇ ਵਿੱਚ ਆਪਾਂ ਥੋੜੀ 22 ਦੇ ਵਿੱਚ ਬੈਠੇ ਹੋਏ ਆ ਠੀਕ ਹੈ ਜੀ ਔਰ ਇਹੀ ਸਟੱਡੀ ਕੋਈ ਜਾ ਕੇ 2000 ਸਾਡੀ ਕੀ ਕਹਿੰਦੇ ਆ ਕਿ ਆਪਣਾ 80 ਦੇ ਵਿੱਚ ਸਾਡੀ ਸਟੱਡੀ ਕਰੂਗਾ ਤਾਂ ਉਹ ਕੀ ਪਰਚੋਲ ਕਰੂਗਾ ਕਿ ਬਈ ਅੱਛਾ ਠੀਕ ਹੈ 2022 ਇਦਾਂ ਹੁੰਦਾ ਸੀਗਾ ਇਹਨਾਂ ਦੀ ਰਾਜਨੀਤਿਕ ਇਦਾਂ ਦਾ ਹੁੰਦਾ ਸੀ ਆਰਥਿਕ ਇਦਾਂ ਦੀ ਹੁੰਦੀ ਸੀਗੀ ਧਾਰਮਿਕ ਇਹਨਾਂ ਦੀ ਭਾਵਨਾ ਇਦਾਂ ਹੁੰਦੀ ਸਮਾਜ ਦਾ ਇਦਾਂ ਦਾ ਕਨਸੈਪਟ ਸੀਗਾ ਸੋ ਉਹੀ ਚੀਜ਼ ਹੁਣ ਅੱਜ ਅਸੀਂ 2022 ਦੇ ਵਿੱਚ ਜੇ ਮੈਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਾਂ ਤਾਂ ਆਪਾਂ ਮੰਨਦੇ ਆ ਕਿ 7ਵੀਂ 8ਵੀਂ ਸਦੀ ਤੋਂ ਸਾਡੇ ਨਾਸ ਜੋਗੀ ਆ ਗਏ ਤਾਂ ਉਹਨਾਂ ਨੇ ਪੰਜਾਬੀ ਸਾਹਿਤ ਦੀ ਸ਼ੁਰੂਆਤ ਕਰ ਦਿੱਤੀ ਤਾਂ ਅਸਲ ਦੇ ਵਿੱਚ ਸਾਡਾ ਪੰਜਾਬੀ ਸੱਭਿਆਚਾਰ ਦੀ ਇਤਿਹਾਸਿਕ ਪਛੋਕੜ ਵੀ ਆਪਾਂ ਉੱਥੇ ਸ਼ੁਰੂ ਕਰਾਂਗੇ ਕਿ 712 ਈਸਵੀ ਵਿੱਚ ਜਿਹੜਾ ਮੁਹੰਮਦ ਬਿਨ ਕਾਸਿਮ ਆਉਂਦਾ ਹੈ ਤਾਂ ਅੱਛਾ ਰਿਕਾਰਡਡ ਸੈਕਸ਼ਨ ਲੱਗ ਰਿਹਾ ਹੈ ਮੈਂ ਠੀਕ ਹੈ ਭੁਪਿੰਦਰ ਕੌਰ ਜੀ ਤੁਸੀਂ ਬੱਚਿਆਂ ਨੂੰ ਨਾ ਰੋਜ਼ ਵਿਚਾਰਾਂ ਨੂੰ ਆਪਣੇ ਅਲੱਗ-ਅਲੱਗ ਭਰਮ ਚ ਪਾਉਂਦੇ ਹੋ ਇਹ ਗੱਲ ਠੀਕ ਨਹੀਂ ਹੈ ਵੈਸੇ ਠੀਕ ਹੈ ਜੀ ਹੁਣ ਉਸੇ ਤਰ੍ਹਾਂ ਜੇ ਮੈਂ ਅੰਗਰੇਜ਼ਾਂ ਦੀ ਗੱਲ ਕਰਾਂ ਤਾਂ ਸਾਡੇ ਕੋਲ ਟਾਈਮ ਟਾਈਮ ਬ੍ਰਿਟਿਸ਼ ਆ ਗਏ ਹੈ ਨਾ ਬ੍ਰਿਟਿਸ਼ ਰਾਜ ਆ ਜਾਂਦਾ ਹੈ ਉਹ ਵੀ ਆਪਣਾ ਅਲੱਗ ਦਬਦਬਾ ਬਣਾਉਂਦਾ ਹੈ ਆਪਣੇ ਕਲਚਰ ਨੂੰ ਸਾਡੇ ਤੇ ਥੋਪਦਾ ਹੈ ਹੈ ਨਾ ਸੋ ਹਾਲਾਂਕਿ ਕਲਚਰ ਨੂੰ ਥੋਪਣਾ ਜਾਂ ਉਹਨੂੰ ਆਪਣੇ ਆਪ ਸਮਾ ਜਾਣਾ ਦੋ ਚੀਜ਼ਾਂ ਡਿਬੇਟ ਦਾ ਵਿਸ਼ਾ ਹੈ ਪਰ ਆਪਾਂ ਮੇਨ ਇਤਿਹਾਸਿਕ ਪਛੋਕਰ ਪੜ੍ਹਨਾ ਹੈ ਤਾਂ ਉਹਦੇ ਵਿੱਚ ਇਹ ਗੱਲਾਂ ਮੇਨ ਮੇਨ ਆ ਜਾਣਗੀਆਂ ਹੁਣ ਕੈਰੈਕਟਿਸਟਿਕ ਆਫ ਪੰਜਾਬੀ ਮਤਲਬ ਪੰਜਾਬੀ ਚਰਿੱਤਰ ਦੇ ਗੁਣ ਆਪਾਂ ਪਹਿਲਾਂ ਪੰਜਾਬੀ ਸੱਭਿਆਚਾਰ ਦੇ ਆਪਾਂ ਗੁਣ ਵੀ ਦੇਖ ਲਾਂਗੇ ਨਾ ਕਿ ਕਿਹੜੇ-ਕਿਹੜੇ ਐਸੇ ਗੁਣ ਹੁੰਦੇ ਨੇ ਕਿ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪੰਘੂਲਿਕ ਸਥਿਤੀ ਸਭ ਤੋਂ ਪਹਿਲਾਂ ਇਹ ਗੱਲ ਜੇ ਕੋਈ ਵੀ ਸੱਭਿਆਚਾਰ ਹੁੰਦਾ ਸਾਨੂੰ ਪਤਾ ਲੱਗ ਗਿਆ ਕਿ ਜੀਵਨ ਜਾਂਚ ਹੁੰਦੀ ਆ ਹਨਾ ਪੰਜਾਬੀ ਸੱਭਿਆਚਾਰ ਕੀ ਹੁੰਦਾ ਹੈ ਜੀਵਨ ਜਾਂਚ ਹੁੰਦੀ ਹੈ ਰਹਿਣ ਸੰਦ ਢੰਗ ਹੁੰਦਾ ਹੈ ਤੇ ਇਹ ਕਿਦੇ ਉੱਤੇ ਨਿਰਭਰ ਕਰਦਾ ਹੈ ਪੰਘੂਲਿਕ ਤੇ ਕਿਉਂਕਿ ਹੁਣ ਮੇਰੀ ਐਗਜ਼ਾਮਪਲ ਸੁਣੋ ਹੁਣ ਜਿਹੜਾ ਬੰਦਾ ਗੋਆ ਚ ਆ ਉਹਦਾ ਰਹਿਣ ਸਹਿਣ ਕੁਝ ਅਲੱਗ ਹੋਊਗਾ ਜਿਹੜਾ ਵਿਚਾਰਾ ਕੁਲੂ ਮਨਾਲੀ ਰਹਿੰਦਾ ਉਹਦਾ ਰਹਿਣਾ ਸਹਿਣਾ ਕੁਝ ਅਲੱਗ ਹੋਊਗਾ ਠੀਕ ਹੈ ਜੀ ਇਹ ਚੀਜ਼ਾਂ ਬੱਚੇ ਨੋਟ ਡਾਊਨ ਕਰੋ ਕਿ ਪੰਘੂਲਿਕ ਸਥਿਤੀ ਹੈ ਨਾ ਜਿਹੜੀ ਸਾਡੇ ਸਾਡੇ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਆ ਤੁਸੀਂ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਆ ਚਾਈਨੀਜ਼ ਹੁੰਦੇ ਆ ਪਹਾੜੀਆਂ ਵਾਲੇ ਨੇਪਾਲੀ ਹੁੰਦੇ ਆ ਇਹਨਾਂ ਦੀ ਅੱਖਾਂ ਵਿਚਾਰਿਆਂ ਦੀਆਂ ਨਾ ਉਹ ਵਿੱਚ ਜੇ ਵੱਡੀਆਂ ਹੁੰਦੀਆਂ ਹਨਾ ਤੇ ਪਰਵੱਟੇ ਤਾਂ ਨੂੰ ਚੜੇ ਹੁੰਦੇ ਉਹ ਕਿਉਂ ਆ ਬਈ ਉਹਨਾਂ ਦਾ ਇੱਕ ਤਾਂ ਕਲਚਰ ਅਲੱਗ ਹੈ ਖਾਣਾ ਪੀਣਾ ਲੱਗਾ ਠੀਕ ਹੈ ਉੱਥੋਂ ਦੀ ਆਬੋ ਹਵਾ ਅਲੱਗ ਆ ਉੱਥੋਂ ਦੀ ਵੈਜੀਟੇਸ਼ਨ ਅਲੱਗ ਆ ਸੋ ਪੰਘੂਲਿਕ ਜਿਹੜਾ ਹੈ ਸਭ ਤੋਂ ਜੋਗਰਾਫਿਕਲੀ ਜਿਹੜਾ ਕਨਸੈਪਟ ਹੈ ਇਹ ਜਿਹੜਾ ਆਪਣਾ ਮੈਂ ਪਾਰਟ ਵੀ ਕਹੂੰਗਾ ਇਹਨੂੰ ਕਲਚਰ ਦਾ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਕਲਚਰ ਨੂੰ ਕੋਈ ਵੀ ਕਲਚਰ ਹੋਏ ਠੀਕ ਹੈ ਜੀ ਮੈਂ ਪੰਜਾਬੀ ਦੀ ਗੱਲ ਨਹੀਂ ਕਰ ਰਿਹਾ ਹੁਣ ਪੰਜਾਬੀ ਮਾਝਾ ਕਹਿੰਦੇ ਕਿ ਮਾਝਾ ਜਿਹੜਾ ਹੈ ਸਭ ਤੋਂ ਜ਼ਿਆਦਾ ਗਰਮੀਲਾ ਗਰਮੀਲਾ ਇੰਦਾ ਸੈਂਸ ਕਿ ਇੱਥੋਂ ਦੇ ਜਿਹੜੇ ਲੋਕ ਨੇ ਇਹ ਬੜੇ ਹੀ ਜ਼ਿਆਦਾ ਗਰਮੀਲੇ ਜੋਸ਼ਵਾਨ ਨੇ ਤੇ ਹੁਣ ਕਹਿੰਦੇ ਆ ਜੀ ਜਿਹੜੇ ਮਾਲਵੇ ਵਾਲੇ ਬੜੇ ਮਿਠਾਸ ਵਾਲੇ ਹੁੰਦੇ ਆ ਤਾਂ ਉਹਨਾਂ ਦਾ ਜਿਹੜਾ ਜੀਓਗ੍ਰਾਫਿਕਲੀ ਏਰੀਆ ਹੈ ਹੁਣ ਮਾਝੇ ਨੇ ਤਾਂ ਬਈ ਸੰਤਾਪ ਹਟਾਇਆ ਨਾ ਹੁਣ ਜਿੰਨੇ ਵੀ ਅੱਜਕੱਲ ਦਾ ਜਿਹੜਾ ਜੋਕਾ ਮਾਝਾ ਹੈ ਕਹਿੰਦਾ ਕਿ ਨਸ਼ੇ ਸਭ ਤੋਂ ਜ਼ਿਆਦਾ ਮਾਝੇ ਦੇ ਵਿੱਚ ਹੈ ਕਿਉਂਕਿ ਬਾਰਡਰ ਸਟੇਟ ਆ ਸੌਰੀ ਬਾਰਡਰ ਡਿਸਟ੍ਰਿਕਟਸ ਨੇ ਹਨਾ ਸੋ ਕਿਤੇ ਨਾ ਕਿਤੇ ਫਿਰ ਕਹਿੰਦੇ ਆ ਕਿ ਆਰਮੀ ਦੇ ਵਿੱਚ ਮੋਸਟਲੀ ਪਹਿਲੇ ਨੰਬਰ ਤੇ ਹੈਗਾ ਗੁਰਦਾਸਪੁਰ ਡਿਸਟ੍ਰਿਕਟ ਹਨਾ ਵੀ ਮੋਸਟਲੀ ਜਿਹੜੇ ਜਿਹੜੇ ਯੰਗਸਟਰਸ ਨੇ ਉਹ ਗੁਰਦਾਸਪੁਰ ਡਿਸਟ੍ਰਿਕਟ ਦੇ ਆਪਾਂ ਆਰਮੀ ਚ ਮੰਨਦੇ ਆ ਉਹ ਕਿਉਂ ਮੰਨਦੇ ਆ ਕਿਉਂਕਿ ਜਿਹੜੀਆਂ ਬ ਉਹਨਾਂ ਦਾ ਜਿਹੜਾ ਵਿਚਰਨ ਦਾ ਢੰਗ ਹੈ ਉਹਨਾਂ ਦਾ ਸੋਚਣ ਦਾ ਢੰਗ ਹੈ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੈ ਤੇ ਜਿਹੜਾ ਬੰਦਾ ਮੈਨੂੰ ਲੱਗਦਾ ਕਿ ਛੋਟੇ ਹੁੰਦੇ ਆ ਤੇ ਆਪਣੇ ਆਲੇ-ਦੁਆਲੇ ਆਪ ਨੂੰ ਦੇਖ ਰਿਹਾ ਹੈ ਤੇ ਉਹਦੇ ਮਨ ਦੇ ਵਿੱਚ ਨਵੇਂ-ਨਵੇਂ ਕਨਸੈਪਟ ਜਿਹੜੇ ਆਪਣੇ ਆਪ ਆਉਣੇ ਸੁਭਾਵਿਕ ਨੇ ਸੋ ਤੁਸੀਂ ਮੰਨੋ ਇਸ ਸੀ ਨੂੰ ਤੁਹਾਨੂੰ ਮੰਨਣਾ ਹੀ ਪਏਗਾ ਕਿ ਜਿਹੜਾ ਕਲਚਰ ਹੈ ਉਹਦੇ ਵਿੱਚ ਜਿਹੜੀ ਪੰਘੂਲਿਕ ਸਥਿਤੀ ਹੈ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੀ ਹੈ ਠੀਕ ਹੈ ਜੀ ਸੋ ਇੱਕ ਵਾਰੀ ਬੱਚੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੰਜਾਬੀ ਮਾਂ ਬੋਲੀ ਦਾ ਸੈਸ਼ਨ ਚੱਲਦਾ ਹੋਏ ਤੇ ਤੁਸੀਂ ਸ਼ੇਅਰ ਨਾ ਕਰੋ ਇਹ ਕੋਈ ਗਲਤ ਨਹੀਂ ਨਾ ਫਿਰ ਹੈ ਇੱਕ ਵਾਰੀ ਦੱਬ ਕੇ ਸ਼ੇਅਰ ਕਰ ਦਿਓ ਪੰਜਾਬੀ ਸਾਹਿਦ ਦੀ ਕਲਾਸ ਨੂੰ ਚਲੋ ਜੀ ਹਾਂ ਜੀ ਅੰਦੀ ਗੁਰਦਾਸਪੁਰ ਮਾਝੇ ਵਾਲੇ ਉਹ ਬਸ ਬਸ ਹਾਰਟਲੈਸ ਜੀ ਬਸ ਬਸ ਥੋੜਾ ਜਿਹਾ ਪੜ ਲਓ ਹਾ ਸਮਝਾਕ ਵੀ ਜ਼ਰੂਰੀ ਹੁੰਦਾ ਹਾ ਸਮਝਾਕ ਤਾਂ ਸਹੀ ਲੱਗੂ ਜੇਕਰ ਤੁਸੀਂ ਹੋਰ ਆਪਣੇ ਯਾਰ ਦੋਸਤ ਵੀ ਲੈ ਕੇ ਆਇਆ ਕਰੋ ਹੈ ਐਦਾਂ ਚਾਰਕ ਜਾਣੇ ਹੁੰਦੇ ਆ ਤਾਂ ਮਤਲਬ ਮੈਂ ਬਹੁਤ ਤੁਹਾਡਾ ਮੈਂ ਕਹਿੰਨਾ ਕਿ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਕੱਢਦੇ ਹੋ ਬੱਚੇ ਮੋਸਟਲੀ ਜਿਹੜੇ ਜਿਹੜੇ ਮਾਸਟਰ ਕਿਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਸਾਡੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਤੁਹਾਨੂੰ ਵੀ ਮੈਂ ਇਹ ਇੱਕ ਮੈਂ ਕਹਿੰਨਾ ਕਿ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਤੁਹਾਡੇ ਲਿੰਕ ਦੇ ਵਿੱਚ ਤੁਹਾਡੇ ਕਾਲਜ ਦੇ ਕਲਾਸਮੇਟ ਨੇ ਯਾ ਜਿਵੇਂ ਵੀ ਜਿਹੜੇ ਵੀ ਆਪਣਾ ਬੀਐਡ ਕਰੀ ਹੋਈ ਹੈ ਨਾਲ ਦੀ ਨਾਲ ਪੰਜਾਬੀ ਔਰ ਐਸਐਸਟੀ ਉਹਨਾਂ ਦਾ ਕੰਬੀਨੇਸ਼ਨ ਆ ਤਾਂ ਜ਼ਰੂਰ ਇਹ ਗੱਲ ਦੱਸ ਦੋ ਕਿ ਯਾਰ ਤੁਹਾਨੂੰ ਫ੍ਰੀ ਆਫ ਕਾਸਟ ਉਹਨੂੰ ਮਿਲ ਰਿਹਾ ਹੈ ਨਾ ਤੇ ਫਿਰ ਤੁਸੀਂ ਤਾਂ ਵੀ ਨਹੀਂ ਪੜ ਰਹੇ ਤਾਂ ਇਹ ਕੋਈ ਗੱਲ ਤਾਂ ਨਹੀਂ ਧਰਨੇ ਲਾਉਣ ਨੂੰ ਅਸੀਂ ਕਹਿੰਦੇ ਆ ਕਿ ਯਾਰ ਵੈਕੈਂਸੀਜ਼ ਨਹੀਂ ਆ ਰਹੀਆਂ ਪਹਿਲਾਂ ਪੜ ਤਾਂ ਲਈਏ ਆਪਾਂ ਹਨਾ ਆਪਣੇ ਆਪ ਨੂੰ ਪੱਕਾ ਤਾਂ ਕਰ ਲਈਏ ਚਲੋ ਜੀ ਹਾਂ ਗੱਲ ਕਰਦੇ ਆ ਕਿ ਪੰਗੂ ਲਿਖਤੀ ਬਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਵੀ ਸੱਭਿਆਚਾਰ ਦਾ ਜਿਹੜਾ ਮੈਂ ਕਹਿੰਨਾ ਮੇਨ ਅੰਗ ਕੀ ਹੁੰਦਾ ਹੈ ਉਹਦੀ ਪੰਗੂ ਲਿਖਸਤੀ ਹੋਗੀ ਠੀਕ ਹੈ ਜੀ ਬਾਦੋ ਸ਼ੁਕਰੀਆ ਪੰਜਾਬ ਪੋਜ਼ਿਟਿਵ ਵਾਈਬਸ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਤੁਹਾਡਾ ਇੱਕ ਮੈਸੇਜ ਮੈਂ ਕਹਿੰਨਾ ਕਿ ਇੰਨਾ ਹੌਸਲਾ ਦੇ ਦਿੰਦਾ ਹੈ ਨਾ ਸਾਨੂੰ ਕਿ ਅਸੀਂ ਪੰਜਾਬੀ ਪੰਜਾਬੀਅਤ ਦੀ ਗੱਲ ਕਰ ਰਹੇ ਔਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਆ ਕਰੋ ਕੁਝ ਵੱਡੇ ਵੀ ਦੇਖ ਰਹੇ ਨੇ ਮੈਥੋਂ ਵੀ ਐਕਸਪਰਟ ਇਹ ਚੀਜ਼ ਦੇਖ ਰਹੇ ਨੇ ਠੀਕ ਹੈ ਜੀ ਆ ਵੀਡੀਓਜ਼ ਦੇਖ ਰਹੇ ਨੇ ਉਹ ਵੀ ਇੱਕ ਕਿਉਂਕਿ ਇੱਕ ਆਪਣਾ ਮੈਨੂੰ ਇੱਕ ਇੱਥੇ ਨੁਮਾਇੰਦਗੀ ਮਿਲੀ ਹੈ ਪੰਜਾਬੀ ਲੈਂਗ ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਿਹਾ ਹਾਂ ਔਰ ਤੁਹਾਡੇ ਸਾਰਿਆਂ ਦੇ ਸਾਥ ਤੋਂ ਬਿਨਾ ਮੈਂ ਅਧੂਰਾ ਹਾਂ ਅਗਰ ਮੈਨੂੰ ਇਹ ਓਪਰਚੁਨਿਟੀ ਮਿਲੀ ਹੈ ਕਿ ਮੈਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਇੰਨਾ ਉੱਚਾ ਚੁੱਕ ਸਕਦਾ ਹਾਂ ਤਾਂ ਮੈਂ ਕਹਿੰਦਾ ਕਿ ਤੁਹਾਡੇ ਤੋਂ ਬਿਨਾ ਨਹੀਂ ਇਹ ਕਮ ਪੋਸੀਬਲ ਸੋ ਅਗਰ ਤੁਸੀਂ ਮੇਰਾ ਸਪੋਰਟ ਕਰੋਗੇ ਤੁਸੀਂ ਮੇਰੇ ਨਾਲ ਖੜੇ ਹੋ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾ ਕਿ ਟੈਲੀਗ੍ਰam ਤੇ ਤੁਸੀਂ ਰਾਬਤਾ ਕਰ ਸਕਦੇ ਹੋ ਕਮੈਂਟ ਦੇ ਵਿੱਚ ਹਮੇਸ਼ਾ ਫੀਡਬੈਕ ਦਿਆ ਕਰੋ ਹਨਾ ਤਾਂ ਜੋ ਅਸੀਂ ਚੀਜ਼ਾਂ ਨੂੰ ਇੰਪਰੂਵ ਕਰੀਏ ਕੁਆਲਿਟੀ ਬਿਲਡ ਅਪ ਕਰੀਏ ਕੁਆਂਟੀਟੀ ਵੱਲ ਨਹੀਂ ਜਾਈਏ ਕਿ ਅੱਜ ਅਸੀਂ ਐਨੇ ਟੌਪਿਕ ਪੜ੍ਹਾਤੇ ਆ ਆ ਹੋ ਗਿਆ ਸਾ ਬੀ ਮੈਔ ਟਾਪਿਕ ਨੂੰ ਕਿੰਨੇ ਵਧੀਆ ਢੰਗ ਨਾਲ ਪੜਾਇਆ ਕਿ ਬੱਚਿਆਂ ਨੂੰ ਵਾਕਏ ਸੱਭਿਆਚਾਰ ਸਮਝ ਲੱਗਿਆ ਕਿ ਨਹੀਂ ਲੱਗਿਆ ਹਨਾ ਇਹ じゃ ਮੇਰਾ ਵਿਜ਼ਨ ਹੈ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰੇ ਨਾਲ ਜੁੜਿਓ ਆਓ ਅੱਗੇ ਆਪਾਂ ਚੱਲਦੇ ਹਾਂ ਕਹਿੰਦੇ ਕਿ ਇਤਿਹਾਸਿਕ ਉਚਾਰ ਚੜਾਵ ਆਪਾਂ ਪੰਜਾਬੀ ਜਨ ਜੀਵਨ ਚ ਦੇਖਿਆ ਬਿਲਕੁਲ ਸਹੀ ਗੱਲ ਆ ਕਿ ਜਿਹੜੇ ਉਤਾਰ ਚੜਾਵ ਆਪਾਂ ਜਦੋਂ ਜੰਗ ਯੁੱਧ ਹੋਈਆਂ ਤਾਂ ਉਹਦੇ ਵਿੱਚ ਆ ਚੀਜ਼ਾਂ ਆਪਾਂ ਮਹਿਸੂਸ ਕੀਤੀਆਂ ਨੇ ਹਨਾ ਇਹ ਚੀਜ਼ਾਂ ਆਪਾਂ ਕੀ ਕੀਤੀਆਂ ਨੇ ਮਹਿਸੂਸ ਕੀਤੀਆਂ ਨੇ ਵਾਕਈ ਕਿ ਅਸਲ ਦੇ ਵਿੱਚ ਪੰਜਾਬੀਆਂ ਨੇ ਕਿਹੜਾ ਆ ਆਪਣਾ ਇਤਿਹਾਸਿਕ ਉਤਾਰ ਚੜਾਅ ਦੇਖਿਆ ਠੀਕ ਹੈ ਜੀ ਅੱਗੇ ਜੇ ਮੈਂ ਗੱਲ ਕਰਾਂ ਕਿ ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ਤਾ ਬਣ ਗਈ ਸਾਰੇ ਪਹਿਲੂ ਅੱਗੇ ਪੰਜਾਬੀ ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਤੇ ਰਹਿਣ ਵਾਲੇ ਸਿਰਫ ਉਹ ਲੋਕ ਸਨ ਜੋ ਯੁੱਧ ਮੌਤ ਜਾਂ ਲੁੱਟ ਤੋਂ ਡਰਦੇ ਨਹੀਂ ਸਨ ਪਰ ਹਾਲਾਤਾਂ ਦੇ ਅਨੁਸਾਰ ਜ਼ਿੰਦਗੀ ਲਈ ਲੜਨ ਲਈ ਹਮੇਸ਼ਾ ਤਿਆਰ ਰਹਿੰਦੇ ਕਹਿੰਦੇ ਕਿ ਸਿੱਖੀਜ਼ਮ ਜਾਂ ਫਿਰ ਪੰਜਾਬੀ ਇਹਨੇ ਬਹਾਦਰ ਕਿਉਂ ਹੁੰਦੇ ਨੇ ਹਨਾ ਸੋ ਬਹਾਦਰ ਹੋਣ ਦਾ ਕਿਤੇ ਨਾ ਕਿਤੇ ਬੱਚੋ ਆ ਵੀ ਕਾਰਨ ਹੋ ਸਕਦਾ ਹੈ ਇਹਨੂੰ ਜ਼ਰੂਰ ਗੌਰ ਚ ਰੱਖਿਓ ਠੀਕ ਹੈ ਜੀ ਇਹਦਾ ਜ਼ਰੂਰ ਗੌਰ ਫਰਮਾਇਓ ਦੇ ਉੱਪਰ ਠੀਕ ਹੈ ਜੀ ਹਮ ਕਲੀਅਰ ਹੈ ਜੀ ਚਲੋ ਜੀ ਅੱਗੇ ਆਪਾਂ ਚੱਲਦੇ ਹਾਂ ਹੁਣ ਐਗੇ ਕਹਿੰਦਾ ਕਿ ਇਹ ਜੀਵਨ ਵਿੱਚ ਮਨੁੱਖੀ ਵਿਕਾਸ ਪੈਦਾ ਕਰਨ ਦੀ ਬੁੱਧੀ ਦੀ ਪੇਸ਼ਕਾਰੀ ਕਰਦਾ ਇਸ ਨੂੰ ਸੱਚ ਮੰਨਦੇ ਆ ਠੀਕ ਹੈ ਜੀ ਇਹ ਇੱਕ ਤਾਂ ਇੱਕ ਅਗਲਾ ਕਨਸੈਪਟ ਹੋ ਗਿਆ ਨਾ ਸਾਡੇ ਕੋਲ ਆ ਹੁਣ ਮੇਰਾ ਪੈਨ ਟਾਈਪ ਨਹੀਂ ਚੱਲ ਰਿਹਾ ਯਾਰ ਹਾਂਜੀ ਚਲੋ ਜੀ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਦੀ ਜੇ ਮੈਂ ਗੱਲ ਕਰਾਂ ਤਾਂ ਇਹਦੇ ਉੱਪਰ ਆਪਾਂ ਦੇਖ ਸਕਦੇ ਹਾਂ ਚਲੋ ਹਣੀ ਕੁਰੀ ਪੱਲੂ ਅੱਜ ਚੱਲਦੇ ਚੱਲਦੇ ਪਤਾ ਨਹੀਂ ਕੀ ਹੋ ਗਿਆ ਇੱਕਦਮ ਚਲੋ ਜੀ ਬਿਨਾਂ ਰੁਕੇ ਆਪਾਂ ਚੱਲਦੇ ਹਾਂ ਨੈਕਸਟ ਸਲਾਈਡ ਵੱਲ ਕਮੈਂਡ ਬੱਚੇ ਰੁਕਿਓ ਬਸ ਸਲਾਈਡ ਹੀ ਰੁਸ ਗਈ ਲੈ ਕਹਿੰਦੀ ਮੈਂ ਅੱਗੇ ਜਾਣਾ ਹੀ ਨਹੀਂ ਦੇਖੋ ਉਹਨੂੰ ਵੀ ਕਲਚਰ ਨਾਲ ਪਿਆਰ ਹੋ ਗਿਆ ਸਲਾਈਡ ਹੀ ਨਹੀਂ ਅੱਗੇ ਹੋ ਰਹੀ ਆ ਕਮੈਂ ਮੈਨੂੰ ਦੁਬਾਰਾ ਓਪਨ ਕਰਦਾ ਇਹਨੂੰ ਫਿਰ ਆਪਾਂ ਦੇਖਦੇ ਹਾਂ ਹਾਂ ਪਤਾ ਨਹੀਂ ਕਿੰਨੇ ਕਲਾਸ ਜੁਆਇਨ ਕੀਤੀ ਹੈ ਨਾਲ ਦੀ ਨਾਲ ਹੀ ਬਸ ਕਲਾਸ ਜੁਆਇਨ ਕਰਦੇ ਨਾਲ ਯੋ ਕੋਈ ਪੰਗਾ ਜਿਹਾ ਪੈ ਗਿਆ ਉਹਨੂੰ ਕਲਾਸ ਨੂੰ ਬਸ 2 ਮਿੰਟ ਬੱਚੇ ਰੁਕ ਜੋ ਮੈਂ ਕਰ ਰਿਹਾ ਹਾਂ ਸੋਲ ਇਹਨੂੰ ਬਾਕੀ ਕਿਸੇ ਦਾ ਹੋਰ ਕੋਈ ਕੁਐਸਚਨ ਹੈ ਹਾਂ ਬੱਚੇ ਰੰਧਾਵਾ ਸਾਹਿਬ ਜੀ ਰਿੰਗ ਚੱਲ ਰਹੀ ਹੈ ਉਹ ਐਕਚੁਅਲੀ ਜਦੋਂ ਮੈਂ ਆਨ ਆਫ ਕਰਦਾ ਤਾਂ ਉਹ ਪ੍ਰੋਬਲਮ ਤਾਂ ਆ ਰਹੀ ਹੈ ਅਦਰਵਾਇਜ਼ ਕੋਈ ਇਸ਼ੂ ਨਹੀਂ ਆ ਕਿਸੇ ਦਾ ਹੋਣਾ ਚਾਹੁੰਦਾ ਹੋਰ ਕੋਈ ਕੁਐਸਚਨ ਹੋਏ ਤਾਂ ਮੈਨੂੰ ਨਾਲ ਦੀ ਨਾਲ ਪੁੱਛ ਸਕਦਾ ਹੈ ਬਸ ਆ ਸਲਾਈਡ ਦਾ ਟੈਕਨੀਕਲ ਇਸ਼ੂ ਜੇ ਆ ਗਿਆ ਮੈਂ ਮੈਨੂੰ 2 ਮਿੰਟ ਦੋ ਮੈਚ ਕਰਦਾ ਸਹੀ ਬਸ ਆਪਾਂ ਹੁਣੇ ਕਰ ਲਿਆ ਬਸ ਬਾੜਾ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ ਬਸ ਮੈਨੂੰ 2 ਮਿੰਟ ਦੋ ਬਸ ਮੈਂ ਹੁਣੇ ਇਸ ਜੀ ਨੂੰ ਸੋਲਵ ਆਊਟ ਕਰਦਾ ਬਸ ਬੱਚੇ 2 ਕੁ ਮਿੰਟ ਵਿਚਾਰ ਰੰਧਾਵਾ ਸਾਹਿਬ ਐਡ ਹੋਣੇ ਇਹ ਪਤਾ ਨਹੀਂ ਕਿਹੜਾ ਜਵਾਕ ਵਿਚਾਰਾ ਐਡ ਆਨ ਹੋਇਆ ਉਹ ਜਵਾਕ ਨੇ ਤਾਂ ਨਹੀਂ ਕੀਤਾ ਇਹ ਕਿਸਮਤ ਹੀ ਆ ਥੋੜੀ ਜੀ ਮੈਂ ਕਹਿੰਨਾ ਚਲੋ ਜੀ ਹੋ ਗਿਆ 올 ਸੈਟ ਫਰੋਮ ਮਾਈ ਸਾਈਡ ਲਓ ਜੀ ਚੱਕ ਦੇਣਾ ਕੰਮ ਦੇਖ ਰਿਹਾ ਸਾਰਾ ਕੁਝ ਜੀ ਚਲੋ ਜੀ ਚਲਿਏ ਜੀ ਆਪਾਂ ਅੱਗੇ ਕਿੱਥੇ ਸੀਗੇ ਆਪਾਂ ਆ ਆਹਾਂ ਪੰਜਾਬੀ ਕਲਚਰ ਦੇ ਅੰਸ਼ਾਂ ਦੇ ਬਾਰੇ ਅਸੀਂ ਗੱਲ ਕਰੀਏ ਨਹੀਂ 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 ਰੰਧਾਵਾ ਸਾਹਿਬ ਗੁੱਸੇ ਨਹੀਂ ਹੋਣਾ ਤੁਸੀਂ ਆਲ ਸੈੱਟ ਹੋ ਗਿਆ ਹੁਣ ਤਾਂ ਠੀਕ ਹੋ ਗਿਆ ਸਭ ਕੁਝ ਨਾਰੀਆਂ ਕਿਸੇ ਨੂੰ ਜਾਣ ਦੀ ਲੋੜ ਨਹੀਂ ਹੈ ਜੀ ਚਲੋ ਜੀ ਕਰੀਏ ਸ਼ੁਰੂ ਆਪਾਂ ਹੁਣ ਅੱਗੇ ਸੋ ਪੰਜਾਬੀ ਕਲਚਰ ਦੇ ਜਦੋਂ ਆਪਾਂ ਅੰਸ਼ਾਂ ਦੀ ਗੱਲ ਕਰਾਂਗੇ ਬੱਚੋ ਤੇ ਇਹਦੇ ਵਿੱਚ ਸਾਡੇ ਕੋਲ ਮੇਨ ਚੀਜ਼ਾਂ ਆ ਜਾਣੀਆਂ ਪਹਿਲਾਂ ਤੇ ਮੈਂ ਭੁਪਿੰਦਰ ਸਿੰਘ ਖੈਰਾ ਦੀ ਮੈਂ ਗੱਲ ਕਰਾਂ ਗੋਪਿੰਦਰ ਸਿੰਘ ਖਹਿਰਾ ਜੀ ਦੀ ਮੈਂ ਜੀ ਗੱਲ ਕਰਾਂ ਤੁਹਾਡੇ ਸਾਹਮਣੇ ਤਾਂ ਦੋ ਚੀਜ਼ਾਂ ਸਾਡੇ ਕੋਲ ਸੌਰੀ ਪੰਜ ਚੀਜ਼ਾਂ ਉਹਨਾਂ ਨੇ ਕਹੀਆਂ ਸੀ ਜਿਹੜੇ ਮੈਂ ਸਟਾਰਟਿੰਗ ਦੀ ਤੁਹਾਡੇ ਨਾਲ ਡਿਸਕਸ ਕਰ ਲਿਆ ਸੀਗਾ ਹਨਾ ਸੋ ਉਹਨਾਂ ਨੇ ਜਿਹੜਾ ਮੇਨ ਬੇਸਿਕਲੀ ਆਪਾਂ ਜੇ ਗੱਲ ਕਰੀਏ ਕਿ ਜਿਹੜਾ ਪੰਜਾਬੀ ਸੱਭਿਆਚਾਰ ਦੇ ਅੰਸ਼ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਕੋਲ ਪੰਜ ਹੁੰਦੇ ਨੇ ਉਥੋਂ ਦੀ ਰਾਜਨੀਤੀ ਹੋਗੀ ਰਾਜਨੀਤਿਕ ਅਵਸਥਾ ਹੋਗੀ ਧਾਰਮਿਕ ਅਵਸਥਾ ਹੋਗੀ ਇਹਨਾਂ ਬਾਰੇ ਉਹਨਾਂ ਨੇ ਸਾਡੇ ਨਾਲ ਗੱਲ ਮਤਲਬ ਕਿਤਾਬ ਦੇ ਵਿੱਚ ਲਿਖਿਆ ਸੀਗਾ ਕਿਤਾਬ ਦਾ ਵੀ ਨਾਮ ਹੈ ਸਟਾਰਟਿੰਗ ਜੀ ਤੁਹਾਡੇ ਨਾਲ ਇਹਦੇ ਬਾਰੇ ਦੱਸਿਆ ਸੀਗਾ ਹਨਾ ਪਦਾਰਥਕ ਹੋ ਗਿਆ ਪੰਜ ਅੰਗ ਸੀਗੇ ਕਿਹੜੇ ਕਿਹੜੇ ਆ ਮੈਂ ਹੁਣੇ ਨੋਟ ਡਾਉਨ ਕਰਾਉਣਾ ਤੁਹਾਨੂੰ ਨਾਲ-ਨਾਲ ਇਹ ਕਾਪੀ ਤੇ ਜ਼ਰੂਰ ਲਿਖੇ ਜਾਓ ਯਾਰ ਤੁਹਾਡੀ ਇੱਕ ਪ੍ਰੋਪਰ ਮਾਸਟਰ ਕਾਟ ਦੀ ਕਾਪੀ ਹੋ ਗਈ ਨਾ ਤੇ ਤੁਸੀਂ ਵਧੀਆ ਮੁੜ ਕੇ ਰਿਵਾਈਜ਼ ਕਰਨ ਲੱਗੇ ਤੁਹਾਨੂੰ ਸੌਖ ਹੋਏਗੀ ਠੀਕ ਹੈ ਜੀ ਹਾਂ ਪਹਿਲਾ ਉਹਨਾਂ ਨੇ ਕਹਿਆ ਸੀਗਾ ਕਿ ਪਦਾਰਥਕ 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 ਅੰਗ ਜਾਂ ਅੰਛ ਠੀਕ ਹੈ ਜੀ ਦੂਜਾ ਹੈਗਾ ਸਮਾਜਿਕ ਤੀਜਾ ਹੈਗਾ ਸਾਡੇ ਕੋ ਸੰਚਾਰਤ ਸੰਚਾਰਤ ਠੀਕ ਹੈ ਜੀ ਅੱਗੇ ਹੈਗਾ ਸਾਡੇ ਕੋਲ ਧਾਰਮਿਕ ਧਾਰਮਿਕ ਹੋ ਗਿਆ ਠੀਕ ਹੈ ਜੀ ਔਰ ਸਭ ਤੋਂ ਲਾਸਟ ਵਨ ਇਜ਼ ਕਿਹੜਾ ਹੈ ਰਾਜਨੀਤਿਕ ਰਾਜਨੀਤਿਕ ਕੋਈ ਵੀ ਸੱਭਿਆਚਾਰ ਹੈ ਨਾ ਸਾਡੇ ਕੋਲ ਬੱਚੋ ਕਿ ਉਸ ਸੱਭਿਆਚਾਰ ਦੇ ਜਿਹੜਾ ਮਟੀਰੀਅਲਿਸਟਿਕ ਚੀਜ਼ਾਂ ਬਾਰੇ ਜੇ ਆਪਾਂ ਗੱਲ ਕਰੀਏ ਹੈਨਾ ਕੋਈ ਨਹੀਂ ਕੋਈ ਨਹੀਂ ਬੱਚੇ ਕੋਈ ਨਹੀਂ ਕੋਈ ਨਹੀਂ ਮਜ਼ਾਕ ਚੱਲਦਾ ਰਹਿਣਾ ਚਾਹੀਦਾ ਇੱਕ ਕਲਾਸ ਦਾ ਮਾਹੌਲ ਬਰਕਰਾਰ ਰਹਿੰਦਾ ਹੈ ਸਮਾਜਿਕ ਸਮਾਜਿਕ ਜੀਵਨ ਸੰਚਾਰਿਤ ਆਪਸ ਦੇ ਵਿੱਚ ਕਮਿਊਨੀਕੇਸ਼ਨ ਸੰਚਾਰ ਧਾਰਮਿਕ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦਾ ਰਹਿਣ ਸਹਿਣ ਦਾ ਨਿਜਮ ਅਧਿਆਤਮਿਕਵਾਦ ਕਿ ਉਹ ਉਹਨਾਂ ਦੇ ਵਿੱਚ ਪਰਮਾਤਮਾ ਦੀ ਐਗਜ਼ਿਸਟੈਂਸ ਮੰਗਦੇ ਆ ਕਿ ਨਹੀਂ ਮੰਨਦੇ ਰਾਜਨੀਤੀ ਉਥੋਂ ਦਾ ਜਿਹੜਾ ਰਾਜਨੀਤਿਕ ਕਲਚਰ ਪੋਲਿਟিক্যাল ਕਲਚਰ ਆ ਇਹ ਸਾਰੀਆਂ ਦੇ ਜਿਹੜੇ ਚੀਜ਼ਾਂ ਇਹ ਮਿਲ ਕੇ ਇੱਕ ਸੱਭਿਆਚਾਰ ਬਣਾਉਂਦੀਆਂ ਨੇ ਠੀਕ ਹੈ ਜੀ ਕਿੰਨਾ ਦਾ ਕਹਿਣਾ ਭੁਪਿੰਦਰ ਸਿੰਘ ਖਹਿਰਾ ਨੇ ਜਿਹੜੇ ਸਾਨੂੰ ਪੰਜ ਤੱਤ ਦਿੱਤੇ ਸੀਗੇ ਕਿ ਆ ਜਿਹੜੇ ਜਿਹੜੇ ਆਪਣੇ ਕੋਲ ਲੌਜੀਕ ਨੇ ਇਹਨਾਂ ਦੇ ਉੱਪਰ ਜਿਹੜਾ ਹੈ ਸਾਰਾ ਜਿਹੜਾ ਸੱਭਿਆਚਾਰ ਟਿਕਿਆ ਹੋਇਆ ਹੈ ਠੀਕ ਹੈ ਜੀ ਆ ਨੋਟ ਜ਼ਰੂਰ ਕਰ ਲੋ ਚਲੋ ਕੋਈ ਨਹੀਂ ਹੁਣ ਹੁਣ ਇਸ਼ੂ ਨਹੀਂ ਆਉਂਦਾ ਕੋਈ ਵੀ ਹੁਣ ਸਾਰਾ ਕੋਰੇ ਅੱਗੇ ਕਹਿੰਦੇ ਆ ਕਿ ਟ੍ਰਾਂਸਫਰਮੇਸ਼ਨ ਕਲਚਰ ਭਾਵੇਂ ਕਿ ਸੱਭਿਆਚਾਰ ਦੇ ਵਿੱਚ ਤਬਦੀਲੀ ਕਿਵੇਂ ਆਉਂਦੀ ਹੈ ਆਰਥਿਕ ਰਾਜਨੀਤਿਕ ਜਾਂ ਵਿਗਿਆਨਿਕ ਤਬਦੀਲੀਆਂ ਸਿੱਧੇ ਜਾਂ ਸਿੱਧੇ ਤੌਰ ਤੇ ਸੱਭਿਆਚਾਰ ਨੂੰ ਬਦਲਦੀਆਂ ਹਨ ਫੋਰ ਐਗਜ਼ਾਮਪਲ ਕਿਦਾਂ ਆਪਾਂ ਕਰੀਏ ਕਿ ਜੇ ਮੈਂ ਕਰਾਂ ਕਿ 2010 ਤੇ 2022 ਦੇ ਵਿੱਚ ਆਪਾਂ ਗੱਲ ਕਰੀਏ ਤੇ ਕਿੰਨਾ ਕੁਝ ਬਦਲ ਗਿਆ ਨਾ ਉਦੋਂ 3G ਨਹੀਂ ਸੀ 4G ਨਹੀਂ ਸੀਗਾ ਨਾ ਆਪਣਾ ਕੋ ਟੱਚ ਫੋਨ ਨਹੀਂ ਸੀਗੇ ਹੈਗੇ 100 ਚੀਜ਼ਾਂ ਹੁੰਦੀਆਂ ਸੀਗੀਆਂ ਔਰ 2020 ਦੇ ਵਿੱਚ ਸਾਡੇ ਕੋਲ ਭਈ ਫੋਨ ਵੀ ਆਈਫੋਨ ਕੇ 5G ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਇਹ ਸਾਰਾ ਚੀਜ਼ ਸਾਡੇ ਕੋਲ ਅਵੇਲੇਬਲ ਹੈਗਾ ਸੋ ਸੱਭਿਆਚਾਰ ਬੱਚੋ ਜਿਹੜਾ ਹੈ ਉਹ ਬੜਾ ਹੀ ਜ਼ਿਆਦਾ ਤਬਦੀਲੀ ਲਿਆਉਣ ਦੇ ਵਿੱਚ ਗਤੀਸ਼ੀਲ ਵਰਤਾਰਾ ਤੇ ਆਪਾਂ ਕਹਿੰਦੇ ਹਾਂ ਪਹਿਲੀ ਗੱਲ ਕਿ ਸੱਭਿਆਚਾਰ ਗਤੀਸ਼ੀਲ ਹੈ ਬਾਦ ਬਦਲਣਾ ਮਤਲਬ ਕਿ ਇਹਦਾ ਗਤੀਸ਼ੀਲ ਗਤੀਸ਼ੀਲ ਹੈ ਸੱਭਿਆਚਾਰ ਹੈ ਨਾ ਸੱਭਿਆਚਾਰ ਨੇ ਬਦਲਣਾ ਇਹਨਾਂ ਤੇ ਸਾਨੂੰ ਪਤਾ ਹੈ ਕਿ ਟਾਈਮ ਟੂ ਟਾਈਮ ਇਹ ਜਿਹੜਾ ਹੈ ਬਦਲਦਾ ਰਹਿੰਦਾ ਹੈ ਸਰ ਜੀ ਕਦੋਂ ਤੋਂ ਸਟਾਰਟ ਕਰਿਆ ਹੈ ਜੀ ਤਿਆਰੀ ਮਾਸਟਰ ਜੀ ਬੱਚੇ ਤਿਆਰ ਹੀ ਹੈ ਤੁਸੀਂ ਲਾਸਟ ਮੈਂ ਕਹਿੰਨਾ ਕਿ ਆਪਣੀ ਤਿਆਰੀ ਹੋ ਗਈ ਸੀ ਆਈ ਥਿੰਕ 25 26 ਦਸੰਬਰ ਤੋਂ ਸ਼ੁਰੂ ਆ ਤੁਸੀਂ ਪੁਰਾਣੀਆਂ ਕਲਾਸਾਂ ਦੇਖ ਸਕਦੇ ਹੋ ਔਰ ਕਲਾਸ ਨੂੰ ਮੈਂ ਸ਼ੇਅਰ ਜਰ ਕਰ ਦਿਆ ਕਰੋ ਜਿੰਨੇ ਵੀ ਤੁਹਾਡੇ ਕਲਾਸਮੇਟ ਨੇ ਉਹਨਾਂ ਨੂੰ ਇੱਕ ਵਾਰੀ ਦੱਸ ਦੋ ਕਿ ਪੰਜਾਬੀ ਦੀ ਕਲਾਸ ਲੱਗਦੀ ਹੈ ਪੰਜਾਬ ਵੱਡਾ 247 ਦੇ ਉੱਪਰ ਤਾਂ ਉਹਨਾਂ ਲਈ ਮੈਂ ਕਹਿੰਨਾ ਕਿ ਸੋਨੇ ਤੇ ਸੁਹਾਗਾ ਹੋ ਜਾਏਗਾ ਅਗਰ ਉਹ ਸਾਡੀ ਕਲਾਸ ਨੂੰ ਜੁਆਇਨ ਕਰਦੇ ਆ ਠੀਕ ਹੈ ਜੀ ਆ ਇੱਕ ਪਤਾ ਨਹੀਂ ਪੈਨ ਟੈਬ ਨੂੰ ਮੇਰੇ ਨੂੰ ਕੀ ਹੋ ਗਿਆ ਅੱਜ ਵਿਚਾਰੇ ਨੂੰ ਚਲੋ ਜੀ ਮੈਂ ਫਿਰ ਭੁਪਿੰਦਰ ਕੌਰ ਜੀ ਲੋਕਾਂ ਨੇ ਲੋਕਾਂ ਦੀ ਜੇ ਆਪਾਂ ਗੱਲ ਕਰੀ ਉਹਨਾਂ ਨੇ ਸਿਲੇਬਸ ਵੀ ਕਵਰ ਕਰਾਤਾ ਤਾਂ ਮੇਰੀ ਸਪੀਡ ਥੋੜੀ ਹੌਲੀ ਇਸ ਕਰਕੇ ਹਾਂ ਕਿ ਵੇਖੋ ਬੱਚੇ ਵੇਖੋ ਟੌਂਡ ਮਾਰ ਰਿਹਾ ਮੈਨੂੰ ਕੋਈ ਚੱਕਰ ਨਹੀਂ ਮਾਰ ਲ ਕਰ ਲੋ ਕਰ ਲੋ ਅੱਜ ਤੁਹਾਡੇ ਦੇਣ ਆ ਜਦੋਂ ਪੇਪਰ ਆਊਗਾ ਫਿਰ ਮੈਂ ਗੱਲ ਕਰੂੰ ਤੁਹਾਡੇ ਨਾਲ ਕਿ ਮੈਂ ਸਪੀਡ ਦੇ ਵਿੱਚ ਕਰਾਉਣਾ ਤਾਂ ਮੈਂ ਇੱਕ ਲੈਕਚਰ ਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਕਰਾ ਦੂੰਗਾ ਹੈਨਾ ਸਾਰਾ ਸਿਲੇਬਸ ਕਰਾ ਦੂੰਗਾ ਇੱਕ ਦਿਨ ਚ ਜੇ ਕਰਾਉਣਾ ਹੋਏ ਤਾਂ ਬਟ ਦ ਥਿੰਗ ਇਜ਼ ਕਿ ਆਪਾਂ ਉਸ ਚੀਜ਼ ਨੂੰ ਕਿੱਦਾਂ ਵਧੀਆ ਤਰੀਕੇ ਨਾਲ ਕਰਾਉਣੇ ਆ ਜਾਂ ਕਰਦੇ ਆ ਹਨਾ ਉਹ ਚੀਜ਼ ਤੇ ਡਿਪੈਂਡ ਆ ਕਰੋ ਨੂੰ ਤਾਂ ਆਪਾਂ ਇੱਕ ਦਿਨ 'ਚ ਸਾਰਿਆਂ ਦੀ ਪਰਿਭਾਸ਼ਾਵਾਂ ਰੱਟੇ ਲਵਾਦਾ ਮੈਂ ਤੁਹਾਨੂੰ ਪਰ ਨਹੀਂ ਆਪਾਂ ਚੀਜ਼ਾਂ ਨੂੰ ਸਮਝ ਕੇ ਕਰਨਾ ਹੈ ਤੋਂ ਥੋੜਾ ਜਿਹਾ ਮੈਂ ਕਹਿੰਨਾ ਕਿ ਸਲੀਕੇ ਨਾਲ ਚੱਲਣਾ ਚਾਹੀਦਾ ਠੀਕ ਹੈ ਜੀ ਅੱਗੇ ਹੈਗਾ ਹੈ ਕਿ ਪਿਛਲੀ ਸਦੀ ਦੌਰਾਨ ਪੰਜਾਬੀ ਸੱਭਿਆਚਾਰ ਵਿੱਚ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨ ਇਹ ਤਬਦੀਲੀਆਂ ਨਾ ਸਿਰਫ ਸਾਡੇ ਕਮਾਂ ਕਰ ਕੰਮ ਕਰਨ ਦੇ ਢੰਗਾਂ ਤੇ ਸਾਡੀਆਂ ਜ਼ਰੂਰਤਾਂ ਇਹ ਸਾਰੀ ਗੱਲ ਉਹ ਹੀ ਦੱਸੀ ਹੈ ਕਿ ਗਤੀਸ਼ੀਲ ਵਰਤਾਰਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਸੱਭਿਆਚਾਰ ਦੇ ਵਿੱਚ ਤਬਦੀਲੀ ਆਉਣੀ ਸੁਭਾਵਿਕ ਸੱਭਿਆਚਾਰ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਸੱਭਿਆਚਾਰ ਸਾਨੂੰ ਪਤਾ ਹੋਣਾ ਚਾਹੀਦਾ ਨਾ ਕਿ 7 ਤੋਂ ਲੈ ਕੇ 9ਵੀਂ ਸਦੀ ਤੱਕ ਔਰ 18ਵੀਂ ਸਦੀ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਹੈ ਕਿਵੇਂ ਦਾ ਚੱਲ ਰਿਹਾ ਹੈ ਸੱਭਿਆਚਾਰ ਪਹਿਲਾਂ ਆਪਾਂ ਗੱਲ ਕਰ ਸ਼ਾਨੀ ਰੂਪ ਧਾਰਨਾ ਕੀਤਾ ਹਨਾ ਫਿਰ ਆਪਾਂ ਪੁਰਾਣੀ ਗੱਲ ਕਰ ਲੈਣੇ ਕਿ ਭਾਸ਼ਾ ਕਿਵੇਂ ਆਈ ਭਾਸ਼ਾ ਦਾ ਜਨਮ ਕਦੋਂ ਹੁੰਦਾ ਹੈ ਸਮਾਜ ਤੋਂ ਹੁੰਦਾ ਜੇ ਸਮਾਜ ਹੈ ਤੇ ਭਾਸ਼ਾ ਹੈ ਜੇ ਭਾਸ਼ਾ ਨਹੀਂ ਹੈ ਤੇ ਸਮਾਜ ਦਾ ਕਿਵੇਂ ਤੁਸੀਂ ਉਹ ਕਰ ਸਕਦੇ ਹੋ ਨਾ ਇਹ ਦੋਨੇ ਆਪਸ ਵਿੱਚ ਇੰਟਰਲਿੰਕ ਨੇ ਸੋ ਜਿੱਥੇ ਸਮਾਜ ਹੋਊਗਾ ਕਿ ਭਈ ਉੱਥੇ ਕਲਚਰ ਤਾਂ ਜ਼ਰੂਰ ਹੋਈਗਾ ਇਹ ਹੋਏਗਾ ਹਨਾ ਸੋ ਇਹ ਚੀਜ਼ਾਂ ਕੋਰਿਲੇਟ ਕਰਦੀਆਂ ਨੇ ਆ ਧਿਆਨ ਨਾਲ ਗੌਰ ਫਰਮਾਇਆ ਇੱਕ ਵਾਰੀ ਇੱਧਰ ਜਿਹੜੇ ਪਿਆਰੇ ਬੱਚੇ ਇੰਟੈਲੀਜੈਂਟ ਬੱਚੇ ਮੇਰੇ ਨਾਲ ਜੁੜੇ ਹੋਏ ਆ ਘੁੰਮਣ ਸਿੰਘ ਜੀ ਕੋਈ ਚੱਕਰ ਦੀ ਘੁੰਮਣ ਸਤਗੁਰੂ ਜੀ ਹੁਣ ਮੈਂ ਕਹਿੰਨਾ ਕਿ ਹੁਣ ਹੁਣ ਤੋਂ ਹੀ ਸ਼ੁਰੂ ਕਰ ਲੋ ਤੁਹਾਡਾ ਵਧੀਆ ਹੋ ਜਾਊਗਾ ਠੀਕ ਹੈ ਜੀ ਚਲੋ ਕੋਈ ਨਹੀਂ ਭពਿੰਦਰ ਕੌਰ ਜੀ ਇੱਧਰ ਧਿਆਨ ਦਿਓ ਆਪਾਂ ਕਿਉਂਕਿ ਹਮੇਸ਼ਾ ਕੁਝ ਨਵਾਂ ਸਿੱਖਦੇ ਆਏ ਨਹੀਂ ਕਿ ਆਪਾਂ ਪੜ ਲਿਆ ਤੇ ਸਾਨੂੰ ਸਾਰਾ ਕੁਝ ਆ ਗਿਆ ਹਮੇਸ਼ਾ ਕੁਝ ਨਵਾਂ ਸਿੱਖਦੇ ਆਪਾਂ ਭਾਵੇਂ ਕਿ ਅਸੀਂ ਉਸ ਚੀਜ਼ ਨੂੰ ਦੁਬਾਰਾ ਪੜਦੇ ਹੁੰਦੇ ਨੇ ਨਾ ਉਹਦੇ ਵਿੱਚ ਵੀ ਆਪਾਂ ਨਵੀਂ ਚੀਜ਼ ਸਿੱਖ ਲੈਣੇ ਹੁੰਦੇ ਆ ਸੋ ਇਦਾਂ ਸਾਨੂੰ ਪੜਨਾ ਚਾਹੀਦਾ ਹੈ ਕਿ ਪੰਜਾਬੀ ਸੱਭਿਆਚਾਰ ਨੇ ਰੂਪ ਧਾਰਨ ਕਰਨ ਦਾ ਸਮਾਂ ਕਹਿੰਦੇ ਉਹ ਹੀ ਹੈ ਜੋ ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ ਸੀ ਇਹ 9ਵੀਂ ਤੋਂ 12ਵੀਂ ਸਦੀ ਦਾ ਸਮਾਂ ਦੱਸਿਆ ਜਾਂਦਾ ਹੈ ਪਹਿਲੀ ਗੱਲ ਤੇ ਸੱਪਤ ਸਿੰਧੂ ਦੇ ਨਾਂ ਨਾਲ ਜਾਣੀ ਜਾਂਦੀ ਅਤ ਵਿਕਸਿਤ ਸ਼ਹਿਰੀ ਸਭਿਅਤਾ ਵੀ ਇਸ ਧਰਤੀ ਉੱਤੇ ਸਿਰਜੀ ਗਈ ਸਾਰਿਆਂ ਨੂੰ ਪਤਾ ਹੈ ਕਿ ਭਈ ਅਸੀਂ ਬੜੇ ਲਕੀਆ ਕਿ ਆ ਹੜੱਪਾ ਮੋਹਨਜਦੜੋ ਹਨਾ ਸਾਡੇ ਹੀ ਇਰਤ ਗਿਰਦ ਪੈਦਾ ਹੋਈਆਂ ਸੋ ਸप्त ਸੰਧੂ ਦੇ ਪ੍ਰਾਚੀਨ ਨਮੂਨੇ ਮੋਹਨਜਦੜੋ ਹੜੱਪਾ ਸੰਗਰ ਟੋਲ ਬਾਰ ਡੋਲਬਾਹ ਆਦੀ ਥਾਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੁੰਦੇ ਇਸ ਨੂੰ ਹੜੱਪਾ ਸੱਭਿਆਚਾਰ ਸੱਭਿਆਚਾਰ ਵੀ ਕਿਹਾ ਜਾਂਦਾ ਹੈ ਉਹੀ ਗੱਲ ਆ ਗਈ ਨਾ ਕਿ ਆ ਜਿੱਦਾਂ ਬੱਚੇ ਯਾਦ ਰੱਖੇ ਤੇ ਕੁਐਸਚਨ ਤੁਹਾਨੂੰ ਸੀਟਾ ਪੀਟਾ ਚ ਵੀ ਹੁੰਦਾ ਹੈ ਕਲਚਰ ਠੀਕ ਹੈ ਜੀ ਸਮਾਜ ਪਾਸ਼ਾ ਇਹ ਆ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਕੋਰਿਲੇਟ ਕਰਦੀਆਂ ਨੇ ਪਹਿਲੀ ਗੱਲ ਤੇ ਇਹ ਆਪਣਾ ਧਿਆਨ ਚ ਰੱਖਿਓ ਠੀਕ ਹੈ ਜੀ ਤਾਂ ਕਹਿੰਦੇ ਹੈ ਕਿ 1500 ਤੋਂ 3000 ਈਸਵੀ ਪੂਰਬ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਹੁੰਦਾ ਹੈ ਆਦਿਕਾਲੀਨ ਯੁੱਗ ਬਾਰੇ ਜਿਹੜੂ ਆਪਾਂ ਗੱਲ ਕਰਦੇ ਉਦੋਂ ਦਾ ਸਭਿਆਚਾਰ ਕਿਵੇਂ ਦਾ ਸੀਗਾ ਠੀਕ ਹੈ ਜੀ ਸਾਰੇ ਇੰਟੈਲੀਜੈਂਟ ਹੈ ਮੇਰੇ ਲਈ ਮੈਂ ਕਹਿੰਨਾ ਕਿ ਤੁਸੀਂ ਸਾਰੇ ਹੀ ਇੰਟੈਲੀਜੈਂਟ ਹੋ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਆ ਪੋਜ਼ਿਟਿਵ ਵਾਈਬ ਦੀ ਸਤਿ ਸ੍ਰੀ ਅਕਾਲ ਬਾਕੀ ਬੱਚੇ ਟੈਸਟ ਸੀਰੀਜ਼ ETT ਦੀ ਤਾਂ ਆਈ ਹੋਈ ਹੈ ਠੀਕ ਹੈ ਜੀ ETT ਦੀ ਟੈਸਟ ਸੀਰੀਜ਼ ਆ ਗਈ ਆ ਉਹ ਤੁਸੀਂ ਪਰਚੇਸ ਕਰ ਸਕਦੇ ਹੋ Y393 ਮੇਰਾ ਕੋਡ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ 70% ਡਿਸਕਾਊਂਟ ਤੁਹਾਨੂੰ ਮਿਲ ਜੂਗਾ ਤੇ ਮਹਾ ਪੈਕ ਲੈ ਲਓ ਯਾਰ ਮਹਾ ਪੈਕ ਇੱਕ ਵਾਰੀ ਲੈ ਲੋਗੇ ਫਿਰ 2 ਸਾਲ 1 ਸਾਲ ਇੰਜੋਏ ਕਰੋਗੇ ਬਸ ਠੀਕ ਹੈ ਜੀ ਪੰਜਾਬ ਵੱਡਾ 247 ਨਾਲ ਕੋਈ ਨਹੀਂ ਕੋਈ ਨਹੀਂ ਕੁਮਨ ਸਾਗਰ ਸਤਗੁਰੂ ਜੀ ਤੁਹਾਨੂੰ ਰਲਾ ਲੈਣਾ ਆਪਾਂ ਜਾਣ ਹੀ ਨਹੀਂ ਦੇਣਾ ਪਿੱਛੇ ਰਹਿਣ ਹੀ ਨਹੀਂ ਦੇਣਾ ਕਿਸੇ ਨੂੰ ਅਸੀਂ ਪੰਜਾਬੀ ਹੁੰਨੇ ਆਂ ਐਵੇਂ ਕਾਵੇਂ ਕਿਸੇ ਨੂੰ ਪਿੱਛੇ ਛੱਡ ਜਾਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਪਾਂ ਮੱਧਕਾਲੀਨ ਯੁੱਗ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਆ ਪਹਿਲੀ ਗੱਲ ਤੇ ਮੁਸਲਮਾਨੀ ਹਮਲਿਆਂ ਤੋਂ ਸ਼ੁਰੂ ਹੋਇਆ ਜਿਸ ਦਾ ਆਰੰਭ 1712 ਈਸਵੀ ਦੇ ਵਿੱਚ ਹੋਇਆ ਮੈਂ ਨਹੀਂ ਕਿਹਾ ਮੁਹੰਮਦ ਬਿਨ ਕਾਸਿਮਾ ਆਪਣੇ ਜਿਹੜੇ ਜਦੋਂ ਆਏ ਉਹਨਾਂ ਨੇ ਹਮਲੇ ਕੀਤੇ ਫਿਰ 7 ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਿਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗਲ ਰਾਜ ਸੀਗਾ ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਇਸਲਾਮ ਧਰਮ ਦਾ ਜਿਹੜਾ ਹੈ ਆਪਣਾ ਕੀ ਕਹਿੰਦੇ ਹੈ ਇਫੈਕਟ ਪਿਆ ਇੱਕ ਗੱਲ ਮੇਰੀ ਆਇਆ ਕਰਿਓ ਕਿ ਗੁਰਦੁਆਰਿਆਂ ਦੇ ਗੁੰਬਦ ਦੇਖੇ ਸਾਰੇ ਨੇ ਐਦਾਂ ਗੋਲ ਹੁੰਦੇ ਆ ਹਨਾ ਆ ਗੁੰਬਦ ਇਮਾਰਤ ਹੀ ਸਾਡੀ ਇਮਾਰਤ ਹੋ ਗਈ ਸਾਡੀ ਠੀਕ ਹੈ ਜੀ ਇਮਾਰਤ ਕਲਾ ਤੇ ਵੀ ਬਹੁਤ ਜ਼ਿਆਦਾ ਕਲਾ ਦੀ ਜੇ ਮੈਂ ਗੱਲ ਕਰਾਂ ਫਾਈਨ ਆਰਟ ਦੀ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਇਫੈਕਟ ਸਾਡਾ ਪਹਿਰਾਵਾ ਈਵਨ ਕਿ ਸਾਡੇ ਪਹਿਰਾਵੇ ਦੇ ਵਿੱਚ ਵੀ ਕੁਝ ਅਜਿਹੇ ਤੱਤ ਮਿਲਦੇ ਨੇ ਸਾਨੂੰ ਜਿਹੜੇ ਕਿ ਇਹਨਾਂ ਨਾਲ ਮਿਲਦੇ ਜੁਲਦੇ ਨੇ ਬਾਕੀ ਬੱਚੋ ਅਗਲਾ ਲੈਕਚਰ ਆਪਣਾ ਹੈਗਾ ਰਸ ਸੰਪਰਦਾਏ ਆਪਾਂ ਕਰਨੀ ਆ ਠੀਕ ਹੈ ਜੀ ਰਸ ਕਿਤੇ ਗੰਨੇ ਦਾ ਰਸ ਰੋ ਨਾ ਸਮਝ ਕੇ ਕਿਤੇ ਲੈਕਚਰ ਲਾ ਲਿਓ ਰਸ ਰਸ ਦੀ ਗੱਲ ਕਰਨੀ ਆਪਾਂ ਰਸ ਸੰਪਰਦਾਏ ਦੀ ਆਪਾਂ ਗੱਲ ਕਰਨੀ ਹੈ ਅਗਲੇ ਲੈਕਚਰ ਦੇ ਵਿੱਚ ਤੇ ਉਦੇ ਬਾਰੇ ਆਪਾਂ ਸਾਰਿਆਂ ਨੂੰ ਰਲਾ ਲਾਂਗੇ ਕੋਈ ਚੱਕਰ ਨਹੀਂ ਆ ਜਾਓ ਤੁਸੀਂ ਸਰਬਜੀਤ ਕੌਰ ਜੀ ਰੰਦਾਵਾ ਸਾਹਿਬ ਜੀ ਸਾਰੇ ਬੱਚੇ ਮੈਨੂੰ ਪ੍ਰੈਜ਼ੈਂਟ ਚਾਹੀਦੇ ਨੇ ਉਹਦੇ ਵਿੱਚ ਰਸ ਰਾ ਰਾ ਤੇ ਸਸਾ ਰਸ ਬਾਕੀ ਬੱਚੇ ਹਰ ਸੈਟਰਡੇ ਮੈਂ ਇੱਕ ਬੁੱਕ ਰਿਵਿਊ ਲੈ ਕੇ ਆਉਣ ਲੱਗਾ ਕੋਈ ਨਾਵਲ ਪੜ੍ਹਾਇਆ ਕਰਾਂਗੇ ਅਸੀਂ ਉਹਦੇ ਬਾਰੇ ਅਸੀਂ ਗੱਲ ਕਰਿਆ ਕਰਾਂਗੇ ਉਹ 30 ਮਿੰਟ ਦਾ ਸੈਸ਼ਨ ਹੋਇਆ ਕਰੂਗਾ ਜੇ ਤੇ ਤੁਸੀਂ ਚਾਹੁੰਦੇ ਅਸੀਂ ਸੈਸ਼ਨ ਸ਼ੁਰੂ ਕਰੀਏ ਤਾਂ ਮੈਨੂੰ ਇੱਕ ਵਾਰੀ ਅੰਗੂਠੇ ਤੇ ਭੇਜ ਦਿਓ ਜੇ ਤੁਸੀਂ ਚਾਹੁੰਦੇ ਕਿ ਨਹੀਂ ਸਰ ਇਹਦਾ ਵੇਸਟੇਜ ਆਫ ਟਾਈਮ ਆ ਤਾਂ ਵੀ ਮੈਨੂੰ ਦੱਸ ਦਿਓ ਬਾਕੀ 30 ਮਿੰਟ ਹਰ ਵੀਕਐਂਡ ਤੇ ਆਪਾਂ ਲਿਆ ਕਰਾਂਗੇ ਜਿਹਦੇ ਵਿੱਚ ਆਪਾਂ ਕੋਈ ਨਾਵਲ ਨੂੰ ਡਿਸਕ੍ਰਾਈਬ ਕਰਿਆ ਕਰਾਂਗੇ ਨਾਵਲ ਨੂੰ ਦੱਸਿਆ ਕਰਾਂਗੇ ਤੇ ਜਿਹਦੇ ਬਾਰੇ ਅਸੀਂ ਕਵਿਤਾ ਕਵਿਤਾ ਤੇ ਚਲੋ ਆਪਾਂ ਖੈਰ ਉਹਦਾ ਕਰ ਹੀ ਲੈਨੇ ਆ ਨਾਵਲ ਨਾਟਕ ਤੇ ਕਹਾਣੀ ਬਾਰੇ ਗੱਲ ਕਰਿਆ ਕਰਾਂਗੇ ਠੀਕ ਹੈ ਜੀ ਅਗਰ ਤੁਸੀਂ ਚਾਹੁੰਦੇ ਹੋ ਕਿ ਹੋਵੇ ਤਾਂ ਮੈਨੂੰ ਦੱਸ ਦਿਓ ਹਿਮਾਂਸ਼ੂ ਜੀ ਸਤਿ ਸ਼੍ਰੀ ਅਕਾਲ ਨੈਕਸਟ ਲੈਕਚਰ ਬਸ ਮੈਂ ਸ਼ੁਰੂ ਕਰਨ ਜਾ ਰਿਹਾ ਤੇ ਉਧਰ ਆ ਜਾਓ ਫਿਰ ਠੀਕ ਹੈ ਜੀ ਰਾਸ ਸੰਪਰਦਾਇ ਨਾਲ ਆਪਾਂ ਗੱਲਬਾਤ ਕਰਨੀ ਹੈ ਸੋ ਬਹੁਤ-ਬਹੁਤ ਸ਼ੁਕਰੀਆ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੱਚੇ ਸੈਸ਼ਨ ਨੂੰ ਕਹਿਣ ਦੀ ਲੋੜ ਨਾ ਪਏ ਮੈਨੂੰ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਪੰਜਾਬ ਬਟਾ 24/7 ਨਾਲ ਜੁੜਨ ਦੇ ਲਈ ਔਰ ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਇਹ ਤਾਕੀਦ ਕਰਦਾ ਹਾਂ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਿਰਫ ਮਾਸਟਰ ਕੈਟਰ ਲਈ ਨਹੀਂ ਹੈ ਪੰਜਾਬੀ ਜੂਰੀਸੀ net ਲਈ ਵੀ ਤੁਹਾਡੀਆਂ ਜਿਹੜੀਆਂ ਇਹ ਆਪਣਾ